ਬੇਨਤੀ ਆ ਰਸੂਲਪੁਰ ਦੀ ਟੀਮ ਦੇ ਰੋਡੇ ਤੇ ਗਗੜਾ ਇਹ ਟੀਮਾਂ ਵੀ ਜਲਦੀ ਨਾਲ ਪਹੁੰਚ ਜਾਵਣ ਰੋਡੇ ਤੇ ਗਗੜਾ ਹੁਣ ਜਿਹੜਾ ਮੈਚ ਹੋਵੇਗਾ ਇੱਕ ਬੰਨੇ ਟੀਮ ਜਿਹੜੀ ਰਸੂਲਪੁਰ ਪਿੰਡ ਦੀ ਖੇਡੇਗੀ ਦੂਜੇ ਬੰਨੇ ਟੀਮ ਜਿਹੜੀ ਚੰਦਵਾਜਾ ਦੀ ਤੇ ਮਾਈਕ ਤੇ ਸਾਡਾ ਵੀਰ ਬੁੱਲਾ ਲਾਲ ਤੋਂ ਫੁੱਲਾਂਵਾਲ ਤੇ ਕਾਲੋਕੇ ਦੀਆਂ ਟੀਮਾਂ ਜਿਹੜੀਆਂ ਉਹ ਵੀ ਜਲਦੀ ਨਾਲ ਪਹੁੰਚ ਜਾਵਣ ਫੁੱਲਾਂਵਾਲ ਤੇ ਕਾਲੋਕੇ ਪਹਿਲੀ ਕਬੱਡੀ ਨੌਜਵਾਨ ਧਾਵੀ ਇਸ ਵੇਲੇ ਰਸੂਲਪੁਰ ਦਾ ਪਿਆਰ ਦੇ ਨਾਲ ਇਸ ਨੌਜਵਾਨ ਨੂੰ ਚਿੜੀ ਆਖਿਆ ਜਾਂਦਾ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਧਿਆ ਹੋਇਆ ਕਿ ਸਿਕੰਦਰ ਦੇ ਵਾਂਗੂ ਜੱਟ ਦਾ ਨਾਮ ਚੱਲਦਾ ਅੱਜ ਇਹ ਪੂਰੀ ਬੱਲੇ ਬੱਲੇ ਲੋਕੋ ਪਤਾ ਨਹੀਂ ਉਹ ਕੱਲ ਦਾ ਕਿ ਜਿੱਥੋਂ ਲੰਘਦੇ ਹਾਂ ਮਿੜਦੇ ਨਹੀਂ ਪੈਰਾਂ ਦੇ ਨਿਸ਼ਾਨ ਕਿ ਬਾਜ ਵਾਂਗੂ ਉੱਡ ਜਾਈਦਾ ਚਿੱਤ ਕਰਕੇ ਵੱਡੇ ਕਬੀ ਖਾਨ ਕਿ ਬਾਜ ਵਾਂਗੂ ਉੱਡ ਜਾਈਦਾ ਇੱਧਰ ਨੌਜਵਾਨ ਜਾਫੀ ਲੱਗਿਆ ਖੁੱਤੀ ਪਰ ਬੱਜੀ ਪ੍ਰੈਸ ਤੇ ਪੁਆਇੰਟ ਜਿਹੜਾ ਇਸ ਵੇਲੇ ਨੌਜਵਾਨ ਰਸੂਲਪੁਰ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਉਧਰ ਕਬੱਡੀ ਦਾ ਸਟਾਰ ਜਾਫੀ ਫਲੱਡ ਦੇ ਤੌਰ ਤੇ ਜਾਣਿਆ ਜਾਂਦਾ ਬਲਜੀਤ ਸਾਧੋ ਵਾਲਾ ਉਹ ਵੀ ਇਸ ਟੂਰਨਾਮੈਂਟ ਤੇ ਪਹੁੰਚ ਚੁੱਕਿਆ ਉਸ ਵੀਰ ਦਾ ਵੀ ਇੱਥੇ ਪੁੱਜਣ ਤੇ ਜੀਆਂ ਨੂੰ ਆਖਿਆ ਜਾਂਦਾ 8 ਫਰਵਰੀ ਦਰਸ਼ਕ ਵੀਰਿਓ ਸਾਧੋ ਕੇ ਦੇ ਕਬੱਡੀ ਕੱਪ ਦੀ ਹੋਣੀ ਹੈ ਜਿੱਥੇ ਵੈਟ ਟ੍ਰੇਡਰ ਤੇ ਜਾਫੀ ਨੂੰ ਫੋਰ ਟਰੈਕਟਰ ਦਿੱਤੇ ਜਾਣੇ ਆ ਇੱਧਰ ਨੌਜਵਾਨ ਧਾਵੀ ਰੋਣੋ ਵਾਲਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਮੇਰੀ ਬੇਨਤੀ ਗਗੜੇ ਦੀ ਟੀਮ ਅਜੇ ਤੱਕ ਨਹੀਂ ਪੁੱਜੀ ਗਗੜਾ ਤੇ ਰੋਡੇ ਅਗਲਾ ਮੈਚ ਖੇਡਿਆ ਜਾਣਾ ਉਧਰ ਸਾਡਾ ਵੀਰ ਜੱਟ ਲਾਟੋ ਵਾਲਾ ਫੁੱਲਾਂਵਾਲ ਦੀ ਟੀਮ ਦੇ ਲਈ ਵਿਸ਼ੇਸ਼ ਤੌਰ ਤੇ ਪੁੱਜਿਆ ਲਵੀ ਲਾਟੋ ਵਾਲਿਆ ਗੱਲ ਕਰ ਇੱਧਰ ਰਸੂਲਪੁਰੀਆ ਕਬੱਡੀ ਪਾਉਂਦਾ ਹੋਇਆ ਜਲਾਲਪੁਰੀਆ ਪਾਲਾ ਦਰਸ਼ਕ ਵੀਰੋ ਦੁਨੀਆਂ ਦਾ ਕਹਿੰਦਾ ਕਹਾਉਂਦਾ ਜਾਫੀ ਹੈ ਉਸ ਵੀਰ ਦਾ ਕਹਿੰਦੇ ਬਹੁਤ ਪਿਆਰ ਹੈ ਤਰਨ ਹੋਣਾ ਦੇ ਨਾਲ ਪੰਮ ਹੋਣਾ ਦੇ ਨਾਲ ਭਾਵੇਂ ਨੌਜਵਾਨ ਦੇ ਪਿਛਲੇ ਦਿਨ ਸੱਟ ਲੱਗ ਗਈ ਹੈ ਉਹ ਵੀ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਣ ਜਾ ਰਿਹਾ ਹੈ ਜਲਾਲਪੁਰੀਆ ਪਾਲਾ ਪਰ ਗੱਲ ਕਹਿੰਦੇ ਗਰਾਊਂਡ ਦੇ ਵਿੱਚ ਕਰਦੇ ਹੈ ਇੱਕ ਸਾਈਡ ਰਸੂਲਪੁਰ ਪਿੰਡ ਦਾ ਜੇ ਨਾਮ ਆਪਾਂ ਅਨਾਊਂਸ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਉਸ ਸ਼ਖਸ ਦਾ ਨਾਮ ਅਨਾਊਂਸ ਕੀਤਾ ਜਾਂਦਾ ਹੈ ਜਿਹਨੇ ਰਸੂਲਪੁਰ ਪਿੰਡ ਸਿਖਰਾਂ ਤੇ ਚੜ੍ਹਦਾ ਹੈ ਰਸੂਲਪੁਰੀਆ ਕਾਲੂ ਵਿਦੇਸ਼ਾਂ ਵਿੱਚ ਸੈਟਲ ਹੋ ਗਿਆ ਹੈ ਪਰ ਆਹ ਖਿਡਾਰੀ ਦਾ ਪਿੰਡ ਵੀ ਰਸੂਲਪੁਰ ਹੈ ਕਦੇ ਕਦੇ ਲੋਕਾਂ ਵਾਲਾ ਬੋਲਦਾ ਹੁੰਦਾ ਹੈ ਵੀ ਸਰਦਾਰਾਂ ਦਾ ਪਿੰਡ ਹੈ ਰਸੂਲਪੁਰ ਪਿੰਡ ਪੱਤਰਕਾਰਾਂ ਦੀ ਦੁਨੀਆ ਚੋਂ ਗੁਰਵਿੰਦਰ ਹੈਪੀ ਜੀ ਰੋਜ਼ਾਨਾ ਜੀਤ ਬਲਜੀਤ ਰੰਧਾਵਾ ਜੀ ਰੋਜ਼ਾਨਾ ਸਪੋਕਸਮੈਨ ਦੈਨਿਕ ਜਾਗਰਣ ਡਾਕਟਰ ਪ੍ਰਦੀਪ ਜੋਧਾ ਜੀ ਜਗਬਾਣੀ ਮਨਦੀਪ ਸਰੋਏ ਜੀ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਾਲ ਹੀ ਜੀਆਂ ਆਖਦੇ ਹਾਂ ਜਿਹੜੇ ਇਸ ਖੇਡ ਮੇਲੇ ਦੀ ਕਵਰੇਜ ਕਰਨ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਉਧਰ ਸਾਡੇ ਵੀਰ ਨੇ ਜਿਹੜੇ ਪ੍ਰੈਸ ਰਿਪੋਰਟਰ ਪੁੱਜੇ ਆ ਇਸ ਕਬੱਡੀ ਕੱਪ ਤੇ ਆਪਾਂ ਵੀ ਦਰਸ਼ਕਾਂ ਦੀ ਜਾਣਕਾਰੀ ਲਈ ਦੱਸੀਏ ਜਦ ਨਿਊਜ਼ ਪੇਪਰ ਦੀ ਖੋਜ ਹੋਈ ਦਰਸ਼ਕ ਵੀਰਿਓ 16ਵੀਂ ਸਦੀ ਦੇ ਵਿੱਚ ਇਟਲੀ ਦਾ ਬੀਨਸ ਸ਼ਹਿਰ ਹੈ ਜਿੱਥੇ ਪਹਿਲੀ ਵਾਰ ਅਖਬਾਰ ਦੀ ਜਿਹੜੀ ਕਾਢ ਕੱਢੀ ਗਈ ਹੈ ਇੱਧਰ ਨੌਜਵਾਨ ਧਾਵੀ ਇਸ ਵੇਲੇ ਰੋਣੋ ਵਾਲਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਫੁੱਲਾਂਵਾਲ ਦੀ ਟੀਮ ਪੁੱਜ ਚੁੱਕੀ ਹੈ ਕਾਲੋਕੇ ਦੀ ਟੀਮ ਅਜੇ ਤੱਕ ਨਹੀਂ ਪੁੱਜੀ ਉਧਰ ਸਾਡੇ ਵੀਰ ਬਿੱਟੂ ਸਾਧੋਕੇ ਵਾਲਾ ਲੱਖੀ ਢੱਟ ਗੌਰਵ ਚੀਮਾ ਤਾਰਾ ਕਿਸ਼ਨਪੁਰ ਸਾਰੇ ਖੇਡ ਕਬੱਡੀ ਦੇ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇੱਧਰ ਸੂਲਪੁਰੀਆ ਜਿੱਦਾਂ ਬਿੱਲੇ ਨੇ ਕਾਲੂ ਦੀ ਗੱਲ ਕੀਤੀ ਕਾਂਤਾ ਵੀ ਪਿਛਲੇ ਵਰੇ ਯੂਰਪ ਦੇ ਪੂਰੇ ਖੇਡ ਸੀਜ਼ਨ ਦਾ ਵੈਟ ਜਾ ਫਿਰਿਆ ਪਰ ਇੱਧਰ ਸੂਲਪੁਰੀਆ ਚਿੜੀ ਸਾਹਮਣੇ ਭਰਿਆ ਹੋਇਆ ਕਲਾਵਾ ਪੁਆਇੰਟ ਕੀ ਦੇ ਹਿੱਸੇ ਵਿੱਚ ਆਉਣਾ ਸਮੇਂ ਦੇ ਮੰਗਲ ਹੋਣੇ ਆ ਰਸੂਲਪੁਰੀਆ ਡੱਟਿਆ ਜਾਊ ਜਾ ਤੇ ਨਹੀਂ ਤਾੜੀ ਮਾਰ ਦੋ ਜ਼ੋਰਦਾਰ ਦਰਸ਼ਕ ਵੀਰਿਓ ਇੱਧਰ ਪੁਆਇੰਟ ਜਿਹੜਾ ਨੌਜਵਾਨ ਜਾਫੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੈ 100 ਰੁਪਈਆ ਸਰਦਾਰ ਜਗਦੇਵ ਸਿੰਘ ਜੀ ਸਾਬਕਾ ਸਰਪੰਚ ਜੋਧਾ ਜਿਹੜੇ ਮੁੰਡੇ ਨੇ ਜੱਫਾ ਲਾਇਆ ਇੱਧਰ ਦਰਸ਼ਕ ਵੀਰੋ ਗਗਨ ਕਬੱਡੀ ਪਾਉਣ ਚੱਲੇ ਆ ਗਗਨ ਆਕਾਸ਼ ਨੂੰ ਵੀ ਕਹਿੰਦੇ ਆ ਕੋਈ ਮੇਰੇ ਵੀਰੋ ਨੀਲਮ ਕਹਿੰਦਾ ਹੈ ਇਸ ਨੌਜਵਾਨ ਦਾ ਗਗਨ ਨਾਮ ਹੈ ਇੱਕ ਗਗਨ ਜੋਗੀ ਵਾਲੀਆਂ ਨੇ ਕਹਿੰਦੇ ਮਾਣੂ ਕੇ ਗਿੱਲਾਂ ਦੇ ਕਬੱਡੀ ਕੱਪ ਤੋਂ ਨੁਕਰਾ ਕੋੜਾ ਜਿੱਤੇ ਹੈ ਇੱਧਰ ਗਰਾਊਂਡ ਵਿੱਚ ਪੁਆਇੰਟ ਇਸ ਧਾਵੀ ਦੇ ਕਿਸੇ ਪਾਵੀ ਨੌਜਵਾਨ ਹੈ ਕਬੱਡੀ ਇੱਧਰ ਬੱਬੂ ਮੁਦਕੀ ਪਿੰਡ ਦਾ ਮਸ਼ਹੂਰ ਕਬੱਡੀ ਦਾ ਖਿਡਾਰੀ ਤੇ ਨਾਲ ਕਹਿੰਦੇ ਗਗਨਾ ਤਲਵੰਡੀ ਵਾਲਾ ਇਹ ਵੀ ਸਾਡੇ ਵੀਰ ਪੁੱਜ ਗਏ ਹੈ ਔਰ ਰੋਡਿਆਂ ਦੀ ਟੀਮ ਗਰਾਊਂਡ 'ਚ ਆ ਜਾਵੇ ਇਹਦਾ ਸ਼ੀਰਾ ਨਾਮ ਹੈ ਦਰਸ਼ਕ ਵੀਰੋ ਇੱਕ ਬੁੱਗੀਪੁਰੀਆ ਸ਼ੀਰਾ ਬਹੁਤ ਮਸ਼ਹੂਰ ਹੋਇਆ ਹੈ
ਇੱਕ ਸ਼ੀਰਾ ਪੋਪਾ ਰਾਏ ਦਾ ਬਹੁਤ ਮਸ਼ਹੂਰ ਹੋਇਆ ਹੈ, ਇੱਕ ਸ਼ੀਰਾ ਮੱਲੇਆਣੀਆ ਹੈ, ਇੱਕ ਆਹ ਵੇਖੋ ਸ਼ੀਰਾ ਜਿਹਨੇ ਕਬੱਡੀ ਪਾਈ ਹੈ ਉਹਦੇ ਲਈ ਸਾਈਡ ਕਹਿੰਦੇ ਚੌਂ ਜਾਫੀਆਂ ਦੇ ਵਿੱਚੋਂ ਆਹ ਜਾਫੀ ਦਾ ਨਾਮ ਦਰਸ਼ਕ ਵੀਰੋ ਪੱਪੂ ਨਾਮ ਹੈ ਇਸ ਜਾਫੀ ਦਾ, ਇੱਕ ਚੂੜ ਚੱਕੀ ਦੇ ਲਾਏ ਹੋਏ ਜੱਫੇ ਸਰਦਾਰ ਅਵਤਾਰ ਸਿੰਘ ਜੀ ਜਲਦਾਰ ਸਾਹਿਬ 100 ਰੁਪਇਆ ਜੀ ਜਿਹੜੇ ਮੁੰਡੇ ਨੇ ਜੱਫਾ ਲਾਇਆ ਉਧਰ ਕੱਲ ਕਹਿੰਦੇ ਸ਼ੀਰੇ ਬੋਪਾ ਰਾਏ ਵਾਲੇ ਦੇ ਛੋਟੇ ਵੀਰ ਸ਼ਿੰਦੇ ਨੇ ਆਲਮਗੀਰ ਸਾਹਿਬ ਦੇ ਕਬੱਡੀ ਕੱਪ ਤੋਂ ਮੋਟਰਸਾਈਕਲ ਜਿੱਤਿਆ, ਜਿੱਥੇ ਵਰਕ ਜਾਫੀ ਰੁੜਕੀ ਦਾ ਗੋਗੋ ਲਾਨਿਆ ਗਿਆ ਪਰ ਅੱਜ ਜੋਧਾ ਦੇ ਕਬੱਡੀ ਕੱਪ ਤੇ ਕਿਹੜੇ ਨੌਜਵਾਨ ਪਲਟੀ ਨੇ ਜਿੱਤੇ ਆ ਇਹ ਸਮੇਂ ਦੇ ਮੰਗਲ ਹੋਣੇ ਆ। ਇੱਕ ਜਲਾਲ ਦਾ ਗਗਨ ਕਬੱਡੀ ਦਾ ਸਟਾਰ ਤੇ ਨੌਜਵਾਨ ਗਗਨ ਇਸ ਵੇਲੇ ਕਿ ਖੇਡ ਦੇ ਮੈਦਾਨ ਵਿੱਚ ਗੁੱਟ ਹੋਵੇ ਫੜਿਆ ਹਿੰਦ ਪਾਕ ਜੰਗ ਵਾਂਗੂ ਮੈਚ ਹੋਵੇ ਅੜਿਆ ਫਿਰ ਸੁਣਦੀ ਹੈ ਤਾੜੀ ਜਾਂ ਉੱਚੀ ਚੀਕ ਕਿਸੇ ਬਾਬੇ ਦੀ ਖੇਡ ਹੈ ਕਬੱਡੀ ਲੋਕੋ ਪਹਿਲੇ ਪਹਿਲੇ ਦਾਬੇ ਦੀ ਖੇਡ ਹੈ ਕਬੱਡੀ ਲੋਕੋ ਪਹਿਲੇ ਪਹਿਲੇ ਦਾਬੇ ਦੀ। ਚੰਦ ਵਾਜੇ ਦੀ ਟੀਮ ਜੇਤੂ ਰਹੀ ਹੈ ਵੀਰ ਜੀ, ਨੋਟ ਕੀਤਾ ਜਾਵੇ ਚੰਦ ਵਾਜੇ ਦੀ ਟੀਮ ਇਸ ਮੁਕਾਬਲੇ ਦੇ ਵਿੱਚੋਂ ਜੇਤੂ ਰਹੀ ਹੈ। ਸਾਡਾ ਵੀਰ ਲੱਕੀ ਟੱਟ ਤੇ ਤਾਰਾ ਕਿਸ਼ਨਪੁਰਾ ਉਹ ਵੀ ਅਗਲੇ ਮੈਚਾਂ ਦੀ ਸਾਂਝ ਪਾਉਣ ਲਈ ਮਾਈਕ ਤੇ ਫੌਜਾ ਬਣ ਗਏ। ਪਿੰਡ ਰੋਡਿਆਂ ਦੀ ਟੀਮ ਵੀਰ ਜੀ ਗਰਾਊਂਡ ਵਿੱਚ ਆਵੇ, ਰੋਡਿਆਂ ਦੀ ਟੀਮ ਗਰਾਊਂਡ ਵਿੱਚ ਆਵੇ ਸਾਡੀ ਬੇਨਤੀ ਹੈ। ਤਾਰਾ ਕਿਸ਼ਨਪੁਰ ਤੇ ਲੱਕੀ ਟੱਟ ਇਹਨਾਂ ਵੀਰਾਂ ਨੇ ਡਿਊਟੀ ਦੇਣੀ ਹੈ ਗਰਾਊਂਡ ਦੇ ਵਿੱਚ। ਚੰਦਬਾਜੀ ਦੀ ਟੀਮ ਦੇ ਜਿਹੜੇ ਪਲੇਅਰ ਨੇ ਜੱਫੇ ਲਾਏ ਸੀ ਇੱਕ ਇੱਕ 100 ਰੁਪਇਆ ਦੋਨੇ ਖਿਡਾਰੀਆਂ ਦਾ ਉਹ ਮੇਰੇ ਤੋਂ ਪ੍ਰਾਪਤ ਕਰ ਲੈਣਾ। ਗਗੜਾ ਤੇ ਰੋਡੇ ਉਧਰ ਫੁੱਲਾਂਵਾਲ ਦੀ ਟੀਮ ਪੁੱਜ ਚੁੱਕੀ ਹੈ, ਕਾਲੋਕੇ ਦੀ ਟੀਮ ਨਹੀਂ ਪੁੱਜੀ, ਕਾਲੋਕੇ ਦੀ ਟੀਮ ਨੂੰ ਬੇਨਤੀ ਉਹ ਵੀ ਪੁੱਜ ਜਾਵੇ ਕਾਲੋਕੇ ਦੀ ਟੀਮ। 15 ਜਨਵਰੀ ਦਰਸ਼ਕ ਵੀਰਿਓ ਮੇਰੇ ਪਿੰਡ ਦਾ ਕਬੱਡੀ ਕੱਪ ਸ਼ੇਰਗੜ੍ਹ ਚੀਮੇ ਦਾ ਜਿੱਥੇ ਦੁੱਗਾਂ ਦੇ ਖੁਸ਼ੀ ਨੂੰ ਸੋਨੇ ਦੀ ਮੁੰਦੀ ਨਾਲ ਮਾਨ ਸਨਮਾਨ ਕੀਤਾ ਜਾਣਾ ਤੇ ਰਸੂਲਪੁਰ ਦੇ ਕਾਂਤੇ ਨੂੰ ਪਲਟੀ ਨਾਲ ਮੋਟਰਸਾਈਕਲ ਦਿੱਤਾ ਜਾਣਾ ਜੱਗੇ ਹਾਲੈਂਡ ਉਹਨਾਂ ਦੇ ਵੱਲੋਂ। ਉੱਥੇ ਹੀ ਨੰਗਲ ਅੰਬੀਆਂ ਦਾ ਸੰਦੀਪ ਅਨੇਕਾਂ ਕਬੱਡੀ ਦੇ ਸਟਾਰ ਪੁੱਜਣੇ, ਬਲਜੀਤ ਸਾਧੋਕੇ ਵਾਲੇ ਦਾ ਮਾਨ ਸਨਮਾਨ ਹੋਵੇਗਾ, ਵੈਸਟ ਰੇਡਰ ਤੇ ਜਾਫੀ ਨੂੰ ਮੋਡੀਫਾਈ ਸਕੂਟਰ ਦਿੱਤੇ ਜਾਣੇ ਆ। ਹੈਲੋ, ਇੱਕ ਕਾਲੋਕੇ ਪਿੰਡ ਹੈ ਤੇ ਇੱਕ ਕਾਲੇਕੇ ਪਿੰਡ ਹੈ, ਇਹ ਕਾਲੋਕੇ ਦੀ ਟੀਮ ਸਾਡੀ ਗਰਾਊਂਡ ਦੇ ਵਿੱਚ ਪੁੱਜੀ ਹੈ, ਧੰਨਵਾਦ ਇਸ ਟੀਮ ਦਾ। ਇਹਨਾਂ ਮੈਚਾਂ ਲਈ ਅਗਲੇ ਮੈਚਾਂ ਦੀ ਕਮੈਂਟਰੀ ਸਾਡੇ ਵੀਰ ਲੱਕੀ ਟੱਟ ਤੇ ਤਾਰਾ ਕਿਸ਼ਨਪੁਰੀਆ ਇਹ ਵੀਰ ਸਾਡੇ ਡਿਊਟੀ ਨਿਭਾਉਣਗੇ। ਦੁਨੀਆਂ ਦੇ ਬਹੁਤ ਸਾਰੇ ਬੁਲਾਰੇ ਫਿਰ ਤੇ ਗਗੜੇ ਦੀ ਟੀਮ ਆਈ ਹੋਈ ਹੈ ਵੀਰ, ਇਹਨਾਂ ਦਾ ਮੈਚ ਕਿਹੜੀ ਟੀਮ ਨਾਲ ਆ? ਰੋਡੇ ਦੀ ਟੀਮ ਅਜੇ ਤੱਕ ਨਹੀਂ ਪੁੱਜੀ ਰੋਡੇ। ਦਰਸ਼ਕ ਵੀਰ ਅਸੀਂ ਵਾਜਾਂ ਦੇ ਸਕਦੇ ਹਾਂ ਯਾਰ, 15-20 ਵਾਰ ਕਹਿ ਦਿੱਤਾ ਰੋਡੇ ਦੀ ਟੀਮ ਜਿੱਥੇ ਵੀ ਆਵਾਜ਼ ਸੁਣਦੀ ਹੋਵੇ ਪੁੱਜ ਜਾਵੇ। ਫੁੱਲਾਂਵਾਲ ਤੇ ਕਾਲੋਕੇ ਦਾ ਅਗਲਾ ਮੈਚ ਖੇਡਿਆ ਜਾਵੇਗਾ, ਨਵੀਂ ਮਨੀ ਵੀਰ ਫੁੱਲਾਂਵਾਲ ਤੇ ਕਾਲੋਕੇ ਦੀਆਂ ਟੀਮਾਂ ਪੁੱਜੀਆਂ, ਪਹਿਲਾਂ ਦਾ ਮੈਚ ਜਿਹੜਾ ਪਹਿਲਾਂ ਸ਼ੁਰੂ ਕਰਵਾ ਦਈਏ। ਫੁੱਲਾਂਵਾਲ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਜਾਵੇ, ਰੋਡੇ ਦੀ ਟੀਮ ਜਿੱਥੇ ਵੀ ਆਵਾਜ਼ ਸੁਣਦੀ ਹੋਵੇ ਉਹ ਵੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਤੇ ਮੈਚ ਤੇ ਸਾਡਾ ਵੀਰ ਲੱਕੀ ਟੱਟ ਇਸ ਵੀਰ ਦੇ ਵੀ ਸਬੱਧੀ ਦੇ ਕਬੱਡੀ ਕੱਪ ਤੇ ਮਾਨ ਸਨਮਾਨ ਹੋਏ। ਹੈਲੋ, ਕਿ ਧਰਤੀ ਗੁਰੂਆਂ ਪੀਰਾਂ ਦੀ ਤੇ ਭਗਤ ਸਿੰਘ ਸਰਾਭੇ ਦੀ ਇਹਨਾਂ ਸਭ ਕੁਰਬਾਨੀ ਕੀਤੀ ਏ, ਗੱਲ ਚੱਲਦੀ ਨਾਨਕ ਬਾਬੀ ਇੱਥੇ ਸੀਸ ਤਲੀ ਤੇ ਧਰ ਲੈਂਦੇ, ਕਿਸ਼ਨਪੁਰੇ ਵਾਲਿਆ ਅਣਖ ਲਈ ਹੀ ਜਿਉਂਦੇ ਆ, ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ, ਇੱਥੇ ਸ਼ੇਰ ਹੀ ਪੈਦਾ ਹੁੰਦੇ ਆ। ਇਹ ਮੇਰੇ ਵੀਰੋ ਸ਼ੇਰਾਂ ਦੀ ਧਰਤੀ ਹੈ ਪੰਜਾਬ, ਦਲੇਰਾਂ ਦੀ ਧਰਤੀ ਹੈ, ਤੇ ਜਿੱਥੇ ਅੱਜ ਜ਼ਿਲ੍ਹੇ ਲੁਧਿਆਣੇ ਦੀ ਬੋਕਲ ਦੇ ਵਿੱਚ ਵਸਿਆ ਹੋਇਆ ਮਾਨ ਮੱਤਾ ਨਗਰ ਜੋਧਾ ਸਾਡੇ ਵੀਰ ਮਾਨਕੋਰੀ, ਤਰਨੋਰੀ, ਮਨਦੀਪੋਰੀ, ਅਮਰਿੰਦਰੋਰੀ ਵੱਡੀ ਬੇਮਾ ਖੇਡ ਕਬੱਡੀ ਨੂੰ ਮੇਰੇ ਵੀਰੋ ਤੇ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ, ਸਿਰੇ ਦੀ ਟੱਕਰ ਉੜੀ ਹੈ। ਕਬੱਡੀ ਜਿਹੜੀ ਪੰਜਾਬੀਆਂ ਦੀ ਮਹਿਬੂਬ ਖੇਡ ਹੈ, ਜਿੰਦ ਜਾਨ ਖੇਡ ਹੈ ਮੇਰੇ ਵੀਰੋ, ਜਿੰਨੀਆਂ ਵੀ ਰੱਬ ਵਰਗੀਆਂ ਰੂਹਾਂ ਇਸ ਗੋਲ ਦੇ ਦਾਇਰੇ ਦੇ ਨਾਲ ਜੁੜੀਆਂ ਹੋਈਆਂ ਨੇ, ਆਪਾਂ ਸਾਰੇ ਹੀ ਵੀਰਾਂ ਨੂੰ ਇੱਥੇ ਪੁੱਜਣ ਤੇ ਜਿਆ ਆਖਦੇ ਆ ਫਤਿਹ ਬੁਲਾਉਂਦੇ ਆ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਦਰਸ਼ਕ ਵੀਰਾਂ ਦੇ ਚਰਨਾਂ ਦੇ ਵਿੱਚ ਫਤਿਹ ਬੁਲਾਉਂਦੇ ਆ ਮੇਰੇ ਵੀਰੋ। ਕਬੱਡੀ ਦਾ ਮੁਕਾਬਲਾ ਜਿਹੜਾ ਚੱਲ ਰਿਹਾ, ਪਹਿਲਾਂ ਸਾਤੋਂ ਗਿੱਲਾ ਲਲ ਤੋਂ ਪਿਰਤਾ ਸਾਡਾ ਵੀਰ ਮੈਕ ਤੋਂ ਸਾਂਝ ਪਾ ਕੇ ਗਏ ਨੇ, ਔਰ
ਰੋਟਿਆਂ ਦੀ ਟੀਮ ਜਿਹੜੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ, ਰੋਟਿਆਂ ਦੀ ਟੀਮ ਜਿਹੜੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ, ਉਹਨਾਂ ਦਾ ਮੁਕਾਬਲਾ ਓਫੀਸ਼ੀਅਲ ਵੀਰ ਗਗੜੇ ਦੀ ਟੀਮ ਜਿਹੜੀ ਪਹੁੰਚੀ ਹੋਈ ਹੈ, ਰੋਟਿਆਂ ਦੀ ਟੀਮ ਜਿਹੜੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ, ਰੋਟਿਆਂ ਦੀ ਟੀਮ, ਰੋਟਿਆਂ ਦੀ ਟੀਮ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ, ਗਗੜੇ ਦੀ ਟੀਮ ਜਿਹੜੀ ਖੇਡ ਗਰਾਊਂਡ ਦੇ ਵਿੱਚ ਆ ਮੇਰੇ ਵੀਰੋ। ਅੱਜ ਵੱਡੇ ਮਾਣ ਵਾਲੀ ਗੱਲ ਹੈ ਕਿ ਕਬੱਡੀ ਦੇ ਵਿੱਚ ਟਰੈਕਟਰ ਮੋਟਰਸਾਈਕਲ ਗੱਡੀਆਂ ਦਿੱਤੇ ਜਾਂਦੇ ਮੇਰੇ ਵੀਰੋ, ਵੱਡੀ ਦੇਣ ਹੈ। ਮੈਂ ਖੇਡ ਕਬੱਡੀ ਨੂੰ ਮੇਰੇ ਵੀਰੋ ਉੱਤੇ ਗੱਲ ਕਰੇਗਾ ਲੱਕੀ ਟੱਟ। ਸੋ ਸਾਡੀ ਬੇਨਤੀ ਆ ਵੀ ਜਿਹੜਾ ਮੈਚ ਰੋਡੇ ਤੇ ਗਗੜੇ ਦਾ, ਜੇਕਰ ਆਹ ਮੈਚ ਚੱਲਦੇ ਚੱਲਦੇ ਟੀਮ ਜੇ ਪਹੁੰਚਦੀ ਆ ਰੋਡੇ ਦੀ, ਤਾਂ ਠੀਕ ਨੇ, ਗਗੜੇ ਨੂੰ ਅਸੀਂ ਜੇਤੂ ਕਰਾ ਦੇ ਦਿਆਂਗੇ। ਫੁੱਲਾਵਾਲ ਤੇ ਕਾਲੇਕੇ ਕਿਰਪਾ ਕਰਕੇ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ, ਫੁੱਲਾਵਾਲ ਤੇ ਕਾਲੇਕੇ। ਸੋ ਚੱਲ ਰਿਹਾ ਮੈਚ, ਉਸ ਤੋਂ ਬਾਅਦ ਰੋਡੇ ਤੇ ਗਗੜੇ, ਗਗੜੀ ਟੀਮ ਜਿਹੜੀ ਗਰਾਊਂਡ ਵਿੱਚ ਐਂਟਰ ਆ, ਜੇ ਰੋਡੇ ਵੱਲ ਨਹੀਂ ਹੁੰਦੀ ਤਾਂ ਅਸੀਂ ਫਿਰ ਗਗੜੀ ਟੀਮ ਨੂੰ ਜੇਤੂ ਕਰਾ ਦੇ ਦਿਆਂਗੇ। ਹਾਂਜੀ, ਮੈਂ ਕੋਈ ਪੁੱਛਣਾ ਜੀ, ਅੰਤਰਰਾਸ਼ਟਰੀ ਉਸਤਾਰ ਬਲਵੀਰ ਸਿੰਘ ਜੀ ਬਿੱਟੂ ਜਸਪਾਲ ਬਾਂਗਰ, ਉਹਨਾਂ ਦਾ ਸਨਮਾਨ ਕੀਤਾ ਜਾਣਾ। ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਕਿ ਸਟੇਜ ਤੇ ਪਹੁੰਚਣ ਜੀ, ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਕਿ ਸਟੇਜ ਤੇ ਪਹੁੰਚਣ। ਨਾਲੇ ਉੱਧਰ ਜਿਹਨੇ ਜਨਰੇਟਰ ਸਟਾਰਟ ਕਰਨਾ, ਵੱਡਾ ਜਨਰੇਟਰ ਸਾਊਂਡ ਵਾਲਿਆਂ ਨੇ ਚੈੱਕ ਕਰਨਾ, ਉਹ ਜਨਰੇਟਰ ਸਟਾਰਟ ਕਰ ਦਿਓ ਜੀ। ਸਾਡੀ ਬੇਨਤੀ ਆ ਵੀਰੇ, ਰੋਡੇ ਦੀ ਟੀਮ ਜੇਕਰ ਇਹ ਮੈਚ ਚੱਲਦੇ ਚੱਲਦੇ ਗਰਾਊਂਡ ਵਿੱਚ ਆ ਗਈ ਤਾਂ ਠੀਕ ਆ, ਗਗੜੇ ਨੂੰ ਜੇਤੂ ਕਰਾ ਦਿੰਦੇ ਆ। ਉਸ ਤੋਂ ਬਾਅਦ ਫੁੱਲਾਵਾਲ ਤੇ ਕਾਲੇਕੇ, ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ, ਫੁੱਲਾਵਾਲ ਤੇ ਕਾਲੇਕੇ। ਇਹ ਮੁਕਾਬਲਾ ਚੱਲ ਰਿਹਾ ਲੱਕੀ ਵੀਰ, ਲਓ ਕਾਲੇਕਿਆਂ ਦੀ ਧਰਤੀ ਦਾ ਗਬਰੂ ਕਬੱਡੀ ਪਾਉਂਦਾ ਹੋਇਆ ਤੇ ਫੁੱਲਾਵਾਲ ਯਾ ਨਾਜ਼ੀਅਨ ਮੇਰੇ ਵੀਰੋ ਕਰਦਾ ਹੋਇਆ ਟਰਾਈ ਖੇਡ ਮੈਦਾਨ ਦੇ ਵਿੱਚ। ਕਹਿੰਦੇ ਵੀ ਸਾਨੀ ਨਾਮ ਇਸ ਖਿਡਾਰੀ ਦਾ ਜਿਹਨੇ ਜੱਫਾ ਲਾ ਦਿੱਤਾ ਖੇਡ ਮੈਦਾਨ ਦੇ ਵਿੱਚ। ਅੱਜ ਵੱਡੀ ਦੇਣ ਆ ਮੈਂ ਖੇਡ ਕਬੱਡੀ ਨੂੰ, ਅੱਜ ਦੇ ਟੂਰਨਾਮੈਂਟ ਦਾ ਮੇਰੇ ਵੀਰੋ। ਆਪਾਂ ਆਖੀਏ ਵੀ ਬੈਸਟ ਸਟੋਪਰ ਤੇ ਬੈਸਟ ਰੇਡਰ ਪਲੈਟੀਨੇ ਮੋਟਰਸਾਈਕਲਾਂ ਤੇ ਜਾਣਗੇ ਮੇਰੇ ਵੀਰੋ। ਲੈ ਸਾਹਮਣੇ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਸਾਡੀ ਅੱਜ ਮੌਸਮ ਜਿਹੜਾ ਮੇਰੇ ਵੀਰੋ ਸਾਫ਼ ਹੈ, ਕਿਉਂਕਿ ਸੂਰਜ ਵੀ ਝਾਤੀ ਮਾਰ ਰਿਹਾ ਔਰ ਖਿਡਾਰੀ ਵੀਰ ਆਪਣਾ ਪ੍ਰਦਰਸ਼ਨ ਕਰ ਰਹੇ ਨੇ। ਹਾਂਜੀ, ਆਹ ਮੈਚ ਚੱਲਦੇ ਚੱਲਦੇ ਜੇਕਰ ਟੀਮ ਰੋਡੇ ਦੀ ਪਹੁੰਚ ਜਾ ਠੀਕ ਆ, ਤਾਂ ਨਹੀਂ ਗਗੜੇ ਨੂੰ ਜੇਤੂ ਕਰਾ ਦੇ ਦਿਆਂਗੇ। ਉਸ ਤੋਂ ਬਾਅਦ ਕੋਲਡ ਛਾਪਾ ਤੇ ਮੱਲਾ, ਇਹ ਵੀ ਦੋਨੇ ਟੀਮਾਂ ਵਾਰਮ ਅਪ ਕੋਈ ਗਰਾਊਂਡ ਵਿੱਚ ਪਹੁੰਚ ਜਾਣਗੀਆਂ। ਕੋਲਡ ਛਾਪਾ ਵਰਸ ਚ ਮੱਲਾ, ਲਸਾੜਾ ਗੱਲ ਤੇ ਨੱਥੋ ਹੇੜੀ ਗਰਬੀ, ਖਾਈ ਨੇ ਬੁੱਟਰਨਾ ਖੇਡਾਂ ਡਗਰੂ ਤੇ ਤੱਲੇ ਕੇ, ਬਰਦਰੋ ਤੇ ਭਦੌੜ, ਪਰਵਾਲੀਪੁਰ ਤੇ ਲਲਹੇੜੀ। ਕਿਰਪਾ ਕਰਕੇ ਜਿਹੜੇ ਸੱਦੇ ਪੱਤਰ ਦੇ ਰਿਹਾ ਟੀਮਾਂ ਗਰਾਊਂਡ ਵਿੱਚ ਪੁੱਜੇ ਜਾਣ। ਖੇਡ ਮੈਦਾਨ ਦੇ ਵਿੱਚ ਨੀਲੀ ਪੱਟੀ ਦੇ ਵਿੱਚ ਪਈ ਹੋਈ ਕਬੱਡੀ ਮੇਰੇ ਵੀਰੋ, ਅੱਜ ਜੋਧਾ ਕਹਿੰਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ, ਵਧਾਈ ਦਾ ਪਾਤਰ ਸਮੁੱਚਾ ਨਗਰ ਨੀਲੀ ਪੱਟੀ। ਗੱਲ ਦੇ ਵਿੱਚ ਗਾਨੀ ਪਈ ਹੋਈ ਕਬੱਡੀ ਦੇ ਚਾਰੇ ਯਾਫੇ ਦੇ ਘੁੰਮਦੀ ਹੋਈ ਚੈਨ ਮੇਰੇ ਵੀਰੋ। ਕਿਸਮ ਡਬਲ ਟੱਚ ਹੋ ਚੁੱਕਿਆ ਹੈ, ਕਿਹਾ ਕਿਸਮ ਧਾਬੀ ਦੇ ਹਿੱਸੇ ਜੁੜ ਚੁੱਕਿਆ ਹੈ। ਮੈਚ ਸਮਾਪਤ ਆ ਜੀ। ਹੈਲੋ, ਇੱਕ ਮਿੰਟ ਲੱਗੀ। ਹਾਂਜੀ, ਪੱਤਰਕਾਰ ਭਾਈਚਾਰਾ ਜਿਹੜਾ ਸਾਡੇ ਵਿੱਚ ਪਹੁੰਚਿਆ, ਉਹਨਾਂ ਦੇ ਗੁਰਵਿੰਦਰ ਹੈਪੀ ਜੀ, ਰਿਆਨਾ ਜੀ, ਬਲਜੀਤ ਰੰਧਾਵਾ ਜੀ ਪੱਤਰਕਾਰ ਪੰਜਾਬੀ ਜਾਗਰਣ, ਮਨਦੀਪ ਸਰੋਏ ਜੀ ਪੱਤਰਕਾਰ ਸਪੋਕਸਮੈਨ, ਸੁਖਵਿੰਦਰ ਸਿੰਘ ਜੀ ਅੱਬੂਵਾਲ ਪੱਤਰਕਾਰ ਪਹਿਰੇਦਾਰ, ਡਾਕਟਰ ਪ੍ਰਦੀਪ ਜੋਧਾ ਜੀ ਪੱਤਰਕਾਰ ਜਗਬਾਣੀ, ਅਸੀਂ ਸਾਰੇ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਟੂਰਨਾਮੈਂਟ ਦੀ ਕਵਰੇਜ ਕਰਨ ਆਏ ਨੇ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਪੱਤਰਕਾਰ ਵੀਰ। ਹਾਂਜੀ, ਚੱਲਦੇ ਮੁਕਾਬਲੇ ਦੇ ਵਿੱਚੋਂ ਫੁੱਲਾਵਾਲ ਦੀ ਟੀਮ ਜਿਹੜੀ ਜੇਤੂ ਹੈ, ਇਹ ਪ੍ਰਬੰਧਕ ਵੀਰ ਨੋਟ ਕਰ ਲੈਣੀ, ਫੁੱਲਾਵਾਲ ਦੀ ਟੀਮ ਜਿਹੜੀ ਜੇਤੂ ਹੈ। ਹਾਂਜੀ, ਗਗੜ ਦੀ ਟੀਮ ਵੀ ਜੇਤੂ ਕਰ ਲਓ ਕਿਉਂਕਿ ਰੋਡੇ ਵਾਲੇ ਪਹੁੰਚੇ ਨਹੀਂ। ਹਾਂਜੀ, ਇੱਕ ਮਿੰਟ ਜੀ, ਹੁਣ ਦੋ ਕਰ ਦਿਓ। ਸਾਡੇ ਵਿੱਚ ਪਹੁੰਚੇ ਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਸਪੋਰਟਸ ਕਲੱਬ ਦੇ ਪ੍ਰਧਾਨ, ਸਰਦਾਰ ਧਨਜੀਤ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਜੀ ਜੀਪੀ, ਸਰਪੰਚ ਸਰਦਾਰ ਰਜਿੰਦਰ ਸਿੰਘ ਜੀ, ਸਾਬਕਾ ਸਰਪੰਚ ਸਰਦਾਰ ਬਲਦੇਵ ਸਿੰਘ ਜੀ, ਸਰਦਾਰ ਹਮੀਰ ਸਿੰਘ ਜੀ, ਅਸੀਂ ਜੁੱਗਾ ਜੀ ਦਲਵਾਰਾ ਸਿੰਘ ਜੁੱਗਾ, ਪ੍ਰਕਾਸ਼ ਫੂਡ, ਸਾਰੇ ਵੀਰਾਂ ਦਾ ਅਸੀਂ ਇੱਥੇ ਆਉਣ ਤੇ, ਸ਼ਹੀਦ ਭਾਈ ਲਾਭ ਸਿੰਘ ਜੀ ਸਪੋਰਟਸ ਕਲੱਬ ਨਗਰ ਪੰਚਾਇਤ ਨਗਰ ਨਿਵਾਸੀ ਵੀਰਾਂ ਵੱਲੋਂ ਤਹਿ ਦਿਲੋਂ ਜੀ ਆਇਆਂ ਆਖਦੇ ਹਾਂ ਅਤੇ ਧੰਨਵਾਦੀ ਹਾਂ
ਇਹਨਾਂ ਵੀਰਾਂ ਦੇ ਜਿਹੜੇ ਕਿ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਇਸ ਖੇਡ ਮੇਲੇ ਨੂੰ ਚਾਰ ਚੰਨ ਲਾਉਣ ਆਏ ਆ ਜੀ। ਦੁਬਾਰਾ ਫਿਰ ਧੰਨਵਾਦ ਬਾਬਾ ਸਾਹਿਬ ਸਿੰਘ ਜੀ ਬੇਦੀ ਸਪੋਰਟਸ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਦਾ। ਕੌਲਡੀ ਸ਼ਾਪਾ ਤੇ ਮੱਲੇ ਦੀਆਂ ਟੀਮਾਂ ਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ। ਇਸ ਤੋਂ ਬਾਅਦ ਜਿਹੜਾ ਲਸਾੜਾ ਗਿੱਲ ਤੇ ਨੱਥੋਵਾਲ ਗਰਬੀ ਇਹ ਵੀ ਦੋਨੇ ਟੀਮਾਂ ਕਰਪਾ ਕੇ ਗਰਾਊਂਡ ਦੇ ਵਿੱਚ ਪੁੱਜ ਜਾਣਗੀਆਂ, ਕਿਉਂਕਿ ਅੱਜ ਬਹੁਤ ਦੂਰ ਤੋਂ ਚੱਲ ਕੇ ਖਿਡਾਰੀ ਵੀਰ ਪੁੱਜੇ ਨੇ ਅਤੇ ਦਰਸ਼ਕ ਵੀਰ ਪੁੱਜੇ ਨੇ। ਵਧਾਈ ਦਾ ਪਾਤਰ ਪਿੰਡ ਜੋਧਾ ਜਿੱਥੇ ਸ਼ਾਨਦਾਰ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਮੇਰੀ ਵੀਰਿਓ, ਤੇ ਲਾਈ ਹੋਈ ਮਿਹਨਤ ਤੇ ਖਾਧੀ ਖੁਰਾਕ ਦਾ ਮੁੱਲ ਅੱਜ ਖੇਡ ਮੈਦਾਨ ਦੇ ਵਿੱਚ ਪੈਂਦਾ ਹੈ। ਇੱਥੇ ਪਤਾ ਲੱਗਦਾ ਖਾਧੀਆਂ ਖੁਰਾਕਾਂ ਤੇ ਲਾਈਆਂ ਹੋਈਆਂ ਮਿਹਨਤਾਂ ਦਾ ਕਿ ਉਸਤਾਦਾਂ ਦੀਆਂ ਮਾਲਾਂ ਸਹਿਣੀਆਂ ਪੈਂਦੀਆਂ ਨੇ, ਕਿ ਤਾਂ ਜੋ ਜਵਾਨੀਆਂ ਵਿੱਚ ਗਰਾਊਂਡ ਦੇ ਖੇਡਦੀਆਂ ਨੇ, ਕਿ ਸ਼ਾਮ ਸਵੇਰੇ ਨਿੱਤ ਗਰਾਊਂਡੀ ਜਾਣਾ ਪੈਂਦਾ ਏ। ਸੌਖਾ ਨਹੀਂ ਕਬੱਡੀ ਦਾ ਸਟਾਰ ਬਣਨਾ, ਲੱਖੀ ਸਾ ਘਰ ਖਾਣਾ ਪੈਂਦਾ ਏ। ਉਧਰ ਸਾਡੇ ਬਈ ਬੁੱਟੇ ਹੁਣੀ, ਗੁਰਤੇਜ ਹੁਣੀ, ਕੋਲੇ ਹੁਣੀ, ਅਮਨ ਹੁਣੀ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਪੁੱਜਣ ਦੀ। ਲਓ ਸਾਹਮਣੇ ਇਹ ਆ ਨਾਵੀਅਰ ਮੇਰੇ ਵੀਰੋ, ਕਹਿੰਦੇ ਢੋਡਿਆਂ ਦੀ ਧਰਤੀ ਦਾ ਖਿਡਾਰੀ, ਵਿਦੇਸ਼ਾਂ ਦੇ ਵਿੱਚ ਵੀ ਚੰਗੀ ਧਾਕ ਜਮਾਈ ਆਪਣੀ ਖੇਡ ਦੀ ਨਾਵੀਅਰ ਨੇ, ਤੇ ਜੂਝਦਾ ਖੇਡ ਮੈਦਾਨ ਦੇ ਵਿੱਚ ਮੱਲੇ ਵਾਲੇ ਦੀ ਪਾਈ ਹੋਈ ਕਬੱਡੀ ਤੇ ਲਾਓ ਅੰਦਾਜ਼ਾ ਦਰਸ਼ਕ ਵੀਰੋ ਵੀ ਜਫਾ ਲਾਭ ਪਾਓ ਜਾਂ ਨਹੀਂ, ਖਿੱਚੋ ਨਾਵੀਅਰਨਾ ਤੇ ਪੁਆਇੰਟ ਜਿਹੜਾ ਢੋਡਿਆਂ ਵਾਲੇ ਨੇ ਮੇਰੇ ਵੀਰੋ ਆਪਣੀ ਟੀਮ ਦੇ ਲਈ ਜੋੜਿਆ ਖੇਡ ਮੈਦਾਨ ਦੇ ਵਿੱਚ ਸਫਲਤਾ ਕਦਮ ਚੁੰਮਦੀ ਆ ਜੀ ਛਾਪੇ ਦੀ ਟੀਮ ਲਈ। ਨਾਵੀਅਰ ਤਕੜੇ ਜਫੇ ਮਾਰਦਾ ਖੇਡ ਗਰਾਊਂਡ ਦੇ ਵਿੱਚ। ਲਓ ਸਾਹਮਣੇ ਫਿਰ ਕਿ ਅੱਧ ਰਿੜਕੇ ਦਾ ਛੰਨਾ ਜਿਹੜੇ ਮੂੰਹ ਨੂੰ ਲਾਉਂਦੇ ਨੇ ਥਾਪੀ ਮਾਰ ਹਾਣੀਆਂ ਚ ਉਹੀ ਗੋਡੀ ਪਾਉਂਦੇ ਨੇ, ਖਾਧੇ ਨੇ ਬਦਾਮ ਜੀ ਨੇ ਮੰਗਰਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ, ਤੇ ਕਹਿੰਦੇ ਨੇ ਸਿਆਰੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਲਓ ਸਾਹਮਣੇ ਭੱਜਾ ਜਾ ਰਿਹਾ ਕੋੜੀ ਛਾਪੇ ਪੁਆਇੰਟ ਜਿਹੜਾ ਜਿਹੜਾ ਖਿਡਾਰੀ ਪੁਆਇੰਟ ਲੈ ਕੇ ਆਇਆ ਸਰਦਾਰ ਅਵਤਾਰ ਸਿੰਘ ਜੀ ਜੈਲਰ ਸਾਹਿਬ, ਇਹਨਾਂ ਵੱਲੋਂ 100 ਰੁਪਇਆ ਜੀ ਜਿਹੜਾ ਖਿਡਾਰੀ ਪੁਆਇੰਟ ਲੈ ਕੇ ਸਾਡੀ। ਹੁਣ ਸਰਦਾਰ ਬਲਬੀਰ ਸਿੰਘ ਜੀ ਬਿੱਟੂ ਅੰਤਰਰਾਸ਼ਟਰੀ ਸਟਾਰ ਕਬੱਡੀ, ਉਹਨਾਂ ਦਾ ਸਨਮਾਨ ਕੀਤਾ ਜਾਣਾ। ਮੈਂ ਬੇਨਤੀ ਕਰਦਾ ਸਾਡੀ ਪ੍ਰਬੰਧਕ ਕਮੇਟੀ ਤੇ ਸਰਦਾਰ ਬਲਬੀਰ ਸਿੰਘ ਜੀ ਬਿੱਟੂ ਨੂੰ ਕਿ ਆਪਣਾ ਸਨਮਾਨ ਲੈਣ ਜੀ। ਹਾਂਜੀ, ਪਰਤਾ ਜਾਂ ਬਿੱਲਾ ਮੇਰਾ ਵੀਰ ਕਿਰਪਾ ਕਰਕੇ ਪੰਪ ਦੇ ਆਕੇ ਸੰਪਰਕ ਕਰ ਲਵੇ, ਪਰਤਾ ਜਾਂ ਬਿੱਲਾ ਲਾਉ ਤੋਂ ਵੱਲ ਜਿੱਥੇ ਮੇਰੀ ਆਵਾਜ਼ ਸੁਣਦੇ ਹੁਣ ਪੰਪ ਮੇਰੇ ਬਾਈ ਨਾਲ ਆਕੇ ਸੰਪਰਕ ਕਰ ਲੈਣਾ ਸਟੇਜ ਦੇ ਸਾਹਮਣੇ। ਅਗਲਾ ਜਿਹੜਾ ਮੈਚ ਖੇਡਿਆ ਜਾਵੇਗਾ ਲਸਾੜਾ ਗਿੱਲ ਤੇ ਨੱਥੋਵਾਲ ਗਰਬੀ, ਖਾਈ ਨੇ ਬੁੱਟਰਨਾ ਖੇਡਣਾ ਡੱਗਰੂ ਤੇ ਧੱਲੇ ਕੇ, ਇਹ ਸਾਰੀਆਂ ਟੀਮਾਂ ਕਿਰਪਾ ਕੇ ਗਰਾਊਂਡ ਦੇ ਨੇੜੇ ਆ ਜਾਣਗੀਆਂ। ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਮੇਰੇ ਵੀਰੋ ਛਾਪੇ ਪਿੰਡ ਵਾਲੇ ਦੀ, ਤੇ ਦੂਜੇ ਪਾਸੇ ਚਾਰੇ ਜਾਫੇ ਦੀ ਘੁੰਮਦੀ ਹੋਈ ਚੈਨ, ਚਿੜੀਆਂ ਮਾਮਾ ਦੇ ਸ਼ੇਰਾਂ ਦੀ ਗੱਲ, ਦਲੇਰਾਂ ਦੀ ਗੱਲ, ਅੱਜ ਉੱਧਰ ਦੇ ਕਬੱਡੀ ਕੱਪ ਤੇ ਮੁੱਲ ਪੈ ਰਿਹਾ ਮੇਰੇ ਵੀਰੋ। ਪਈ ਹੋਈ ਕਬੱਡੀ ਤੇ ਹਲਕਾ ਟੱਚ ਕਰਦੇ ਅੰਕ ਆਪਣੀ ਟੀਮ ਦੇ। ਇਸ ਨੌਜਵਾਨ ਨੂੰ 100 ਰੁਪਇਆ ਸਰਦਾਰ ਅਵਤਾਰ ਸਿੰਘ ਜੀ ਜੈਲਰ ਸਾਹਿਬ ਵੱਲੋਂ ਜਿਹੜਾ ਮੁੰਡਾ ਪੁਆਇੰਟ ਲੈ ਕੇ ਆਇਆ। ਪੈਰਥੀ ਟੈਪੀ ਸਾਡੇ ਕੋਲ ਮਸ਼ੀਨ ਤੋਂ ਉੱਤੇ ਪੁੱਜਿਆ, ਉਸ ਵੀ ਦਾ ਧੰਨਵਾਦ ਕਰਦੇ ਇੱਥੇ ਪੁੱਜਣ ਦੀ। ਚੱਲ ਵੀ ਨੌਜਵਾਨਾਂ ਪਾਪੀ ਦੀ ਕਬੱਡੀ, ਮੱਲੇ ਦੀ ਧਰਤੀ ਦੇ ਸਮੇਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦ ਲਗੇ ਵਾਧਾ ਹੋਇਆ, ਤੇ ਕਬੱਡੀ ਛਾਪੇ ਵਾਲਾ ਫੌਜੀ ਮੇਰੇ ਵੀਰਿਓ ਤਕੜਾ ਖਿਡਾਰੀ, ਉਸੇ ਪਿੰਡ ਦਾ ਸਮੇਂ ਭਰੀ ਹੋਈ ਪਗੜ ਤੇ ਇੱਧਰ ਪਈ ਹੋਈ ਕਬੱਡੀ ਮੱਲੇ ਵਾਲੇ ਦੀ, ਜਦੋਂ ਜਿਹਾ ਹਜ਼ਾਰੀ ਹੈ ਤੇ ਮੁਕਾਬਲਾ ਸਖ਼ਤ ਲੱਗਦਾ ਹੋਇਆ ਜੱਫਾ, ਤੇ 30 ਸਕਿੰਟ ਦਾ ਸਮਾਂ ਮੇਰੇ ਵੀਰਿਓ ਤੇ ਅੰਕ ਇਸ ਸਮੇਂ ਬਿਲਕੁਲ ਹੰਦੇ ਨੇੜੇ ਨੇ ਕਿ ਡਿੱਗਦੀ ਢੈਂਦੀ ਜੀ ਜੀ ਕਹਿੰਦੀ, ਅੱਜ ਨਾ ਤੇਰੀ ਹੂਰ ਨਾ ਮਾਰ ਜਾਲਮਾ ਬੇ ਪੇਕੇ ਤੱਤੜੀ ਦੇ ਦੂਰ, ਨਾ ਮਾਰ ਜਾਲਮਾ ਬੇ ਪੇਕੇ ਤੱਤੜੀ ਦੇ ਦੂਰ। ਤੇ ਅੱਜ ਇਸ ਸਮੇਂ 100 ਰੁਪਇਆ ਜਿਹੜਾ ਮੁੰਡਾ ਪੁਆਇੰਟ ਲੈ ਕੇ ਗਿਆ ਸਰਦਾਰ ਅਵਤਾਰ ਸਿੰਘ ਜੀ ਜੈਲਦਾਰ ਸਾਹਿਬ ਵੱਲੋਂ ਜੀ 100 ਰੁਪਇਆ। ਲਓ ਸਾਹਮਣੇ ਪਾਈ ਹੋਈ ਕਬੱਡੀ ਮੇਰੇ ਵੀਰੋ, ਸੋਨੀ ਘੁਣਸ ਦੀ ਧਰਤੀ ਦਾ ਪਾਠ ਲੈ ਕੇ ਵਾਪਸ ਆਉਂਦਾ ਹੋਇਆ ਕੋੜੀ ਛਾਪੀ ਦੀ ਟੀਮ ਲਈ ਤਕੜਾ ਲੱਖਾ ਜੰਕ ਜੋੜਦਾ ਹੋਇਆ। ਲਓ ਮੱਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ, ਕਹਿੰਦੇ ਮੱਲੇ ਵਾਲੇ ਗਾਗੀ ਨੇ ਕਬੱਡੀ ਜਗ ਦੇ ਵਿੱਚ ਵੱਡਾ ਨਾਂ ਪੈਦਾ ਕੀਤਾ, ਜਿੱਥੇ ਲੋਪੋ ਵਾਲੇ ਗਾਗੀ ਦਾ ਵੱਡਾ ਨਾਂ ਮੇਰੇ ਵੀਰੋ, ਉੱਥੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬਲਵੀਰ ਸਿੰਘ ਜੀ ਬਿੱਟੂ ਜਸਪਾਲ ਵਾਂਗਰਾ ਵਾਲੇ ਉਚੇਚੇ ਤੌਰ ਤੇ ਪੁੱਜੇ ਹੋਏ ਨੇ, ਨਾਲ ਸਾਡੇ ਉਸਤਾਦ ਲੋਕ ਪ੍ਰੋਫੈਸਰ ਮੱਖੜ ਸਿੰਘ ਜੀ ਹਕੀਮਪੁਰ ਵਾਲੇ, ਉਹ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਨੇ। ਜਿਉਂ ਆਖਦੇ ਆ ਉਹਨਾਂ ਵੀਰਾਂ ਨੂੰ ਇੱਥੇ ਪੁੱਜਣ ਤੇ ਮੇਰੇ ਵੀਰੋ, ਲਓ ਨਿੱਕਾ ਨਾਵੀਅਰ ਕੁੜੀ ਛਾਪੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਉਡਾਰੀ ਕਰਦਾ ਹੋਇਆ ਮੇਰੇ ਵੀਰੋ, ਕਿ ਜਿੱਦਾਂ ਭਰਦੇ ਨੇ ਉਡਾਰੀ ਪੰਛੀ ਅਸਮਾਨਾਂ ਵਿੱਚ, ਉਦਾਂ ਭਰਦੇ ਨੇ ਉਡਾਰੀ ਖਿਡਾਰੀ ਮੈਦਾਨਾਂ ਵਿੱਚ, ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ, ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ, ਅੱਜ ਤਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ। ਅੱਜ ਇਨਾਮ ਲੈ ਜਾਓ ਸਟੇਜ ਤੋਂ, ਕੋਲਡ ਛਾਪੇ ਵਾਲਿਆਂ ਦਾ 200 ਆ, ਦੂਜਿਆਂ ਦਾ 100 ਆ। ਚੱਲਦੇ ਮੁਕਾਬਲੇ ਦੇ ਵਿੱਚੋਂ
ਕੋੜ ਛਾਪੇ ਦੀ ਟੀਮ ਜਿਹੜੀ ਜੇਤੂ ਹੈ ਪ੍ਰਬੰਧਕ ਵੀਰ ਨੋਟ ਕਰ ਲੈਣੇ ਚੱਲਦੇ ਮੁਕਾਬਲੇ ਦੇ ਵਿੱਚੋਂ ਕੋੜ ਛਾਪੇ ਦੀ ਟੀਮ ਜੇਤੂ ਹੈ ਅੱਜ ਮੇਰੇ ਵੀਰੋ ਖਿਡਾਰੀਆਂ ਨੂੰ ਮੋਟਰਸਾਈਕਲ ਗੱਡੀਆਂ ਮਿਲਦੇ ਆ ਪਰ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਮੇਰੇ ਵੀਰੋ ਕਬੱਡੀ ਖੇਡੀ ਹੈ ਨੀਕਰਾਂ ਬਲੈਣਾ ਕੌਲੀਆਂ ਗਲਾਸ ਮਿਲਦੇ ਸੀ ਕਿ ਪਹਿਲੇ ਸਮੇਂ 'ਚ ਸੀ ਕੌਲੀਆਂ ਗਲਾਸ ਮਿਲਦੇ ਫਿਰ ਮਿਲਣ ਲੱਗੇ ਸਾਈਕਲ ਜੀ ਹੁਣ ਕਬੱਡੀ ਨੇ ਹਰ ਤਰੱਕੀ ਕੀਤੀ ਮਿਲਦੇ ਮੋਟਰਸਾਈਕਲ ਤੇ ਗੱਡੀਆਂ ਜੀ ਤਾਰਾ ਕਿਸ਼ਨਪੁਰੇ ਦਾ ਆਖਦਾ ਕਿ ਖਾਰਿਆਂ 'ਚ ਸੌਖੀਆਂ ਨਹੀਂ ਪੈਂਦੀਆਂ ਕਬੱਡੀਆਂ ਜੀ ਖਾਰਿਆਂ 'ਚ ਸੌਖੀਆਂ ਨਹੀਂ ਪੈਂਦੀਆਂ ਕਬੱਡੀਆਂ ਜੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਮੇਰੇ ਵੀਰੋ ਹਾਂਜੀ ਸਾਡੀ ਬੇਨਤੀ ਆ ਵੀਰੇ ਲਸਾੜਾ ਗਿੱਲ ਤੇ ਨੱਥੋਵਾਲ ਗਰਬੀ ਦਾ ਮੈਚ ਜਿਹੜਾ ਖੇਡਿਆ ਜਾਣਾ ਕਬੱਡੀ ਓਪਨ ਦਾ ਲਸਾੜਾ ਗਿੱਲ ਤੇ ਨੱਥੋਵਾਲ ਗਰਬੀ ਖਾਈ ਤੇ ਬੁੱਟਰ ਡਗਰੂ ਤੇ ਧੱਲੇ ਕੇ ਬਰਦਮ ਤੇ ਭਦੌੜ ਬਰਮਾਲੀਪੁਰ ਤੇ ਲਲਹੇੜੀ ਚੁਪਕਾ ਤੇ ਅੜੈਚਾ ਭਿੰਡਰ ਕਲਾਂ ਤੇ ਪੱਤੋਵਾਲ ਢਲਮਾਂ ਤੇ ਦਿਆਲਪੁਰਾ ਹਰਿਆਣਾ ਜਲਾਲ ਤੇ ਚੱਕਰ ਸੈਦੋਗੇ ਤੇ ਧਲੇਰ ਬੱਲੋ ਤੇ ਅਲਮਗੀਰ ਅਲੀਪੁਰ ਖਾਲਸਾ ਖੀਰਾਂਵਾਲੀ ਤੇ ਲੋਪੋ ਅਲਕੜੇ ਤੇ ਪਟਰੋਲਡਾ ਸੁਰਖਪੁਰ ਤੇ ਹਾਂਸ ਕਲਾਂ ਸਰਾਵਾਂ ਤੇ ਨੰਗਲ ਪਗਤਾ ਭਾਈ ਤੇ ਰੋਡੇ ਮਾਜਰਾ ਅਕਾਲ ਕਲੱਬ ਹਟੂਰ ਤੇ ਫਤਿਹਪੁਰ ਛੀਨੀਵਾਲ ਤੇ ਕੁੱਤਬਾ ਉਸ ਤੋਂ ਬਾਅਦ ਗਹਿਲਾ ਤੇ ਭਰਥਲਾ ਇਹ ਕਬੱਡੀ ਓਪਨ ਜਿਹੜੇ ਪਹਿਲੇ ਰਾਊਂਡ ਦੇ ਮੈਚ ਨੇ ਸਾਡੀ ਬੇਨਤੀ ਆ ਲਸਾੜਾ ਗਿੱਲ ਤੇ ਨੱਥੋਵਾਲ ਗਰਬੀ ਟੀਮਾਂ ਗਰਾਊਂਡ ਵਿੱਚ ਪਹੁੰਚ ਚੁੱਕੀਆਂ ਨੇ ਉਸ ਤੋਂ ਬਾਅਦ ਖਾਈ ਵਰਸਿਸ ਬੁੱਟਰ ਲਸਾੜੀ ਦੀ ਟੀਮ ਜਿਹੜੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ ਲਸਾੜੀ ਦੀ ਟੀਮ ਜਿਹੜੀ ਉਹ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ ਲਸਾੜੀ ਦੀ ਟੀਮ ਇਹ ਪੱਤਰਕਾਰ ਆਨੰਦਪੁਰੀ ਜੀ ਵੀ ਪਹੁੰਚੇ ਨੇ ਸ਼ਾਟ ਲੈ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਬੇਨਤੀ ਆ ਲਸਾੜਾ ਗਿੱਲ ਤੇ ਨੱਥੋਵਾਲ ਗਰਬੀ ਦਾ ਰੈਫਰੀ ਸਾਹਿਬ ਮੈਚ ਸ਼ੁਰੂ ਕਰਵਾ ਦਿਓ ਟੀਮ ਨਹੀਂ ਹੁੰਦੀ ਕੱਟ ਦਿਓ ਜੀ ਲਸਾੜਾ ਗਿੱਲ ਤੇ ਨੱਥੋਵਾਲ ਗਰਬੀ ਖਾਈ ਤੇ ਬੁੱਟਰ ਨੱਥੋਵਾਲ ਗਰਬੀ ਦੀ ਟੀਮ ਗਰਾਊਂਡ ਦੇ ਵਿੱਚ ਪੁੱਜੀ ਹੋਈ ਹੈ ਲਸਾੜਾ ਗਿੱਲ ਦੀ ਟੀਮ ਜੇ ਨਹੀਂ ਆਉਂਦੀ ਤਾਂ ਟੀਮ ਅਸੀਂ ਕੱਟਣ ਲੱਗਿਆ ਫਿਰ ਲਸਾੜਾ ਗਿੱਲ ਉਸ ਤੋਂ ਬਾਅਦ ਖਾਈ ਤੇ ਬੁੱਟਰ ਇਹ ਵੀ ਟੀਮਾਂ ਗਰਾਊਂਡ 'ਚ ਆ ਜਾਣ ਖਾਈ ਤੇ ਬੁੱਟਰ ਡਗਰੂ ਦੇ ਧੱਲੇ ਕੇ ਅਸੀਂ ਵੀਰੇ ਕਮੈਂਟਰੀ ਘੱਟ ਕਰਨੀ ਕਿਉਂਕਿ ਪਹਿਲੇ ਰਾਊਂਡ ਦੇ ਜਿਹੜੇ ਮੈਚ ਬਹੁਤ ਜ਼ਿਆਦਾ ਨੇ ਸਾਡੇ ਜੇ ਸੱਦਾ ਪੱਤਰ ਦੇ ਰਹੇ ਹਾਂ ਅਸੀਂ ਲਸਾੜਾ ਗਿੱਲ ਦੀ ਟੀਮ ਗਰਾਊਂਡ ਵਿੱਚ ਆ ਜਾਵੇ ਲਸਾੜਾ ਗਿੱਲ ਤੇ ਨੱਥੋਵਾਲ ਗਰਬੀ ਖਾਈ ਤੇ ਬੁੱਟਰ ਡਗਰੂ ਦੇ ਧੱਲੇ ਕੇ ਬਰਦਮ ਤੇ ਭਦੌੜ ਹੈਲੋ ਹਾਂਜੀ ਸਾਡੇ ਵੀਰ ਬਾਹਰ ਬੈਠੇ ਮੈਚ ਦੇਖ ਰਹੇ ਨੇ ਇਕਬਾਲ ਮਨੀਲਾ ਜੀ ਵਿੱਕੀ ਮਨੀਲਾ ਅਵਤਾਰ ਮਨੀਲਾ ਅਮਨਾ ਮਨੀਲਾ ਜਸਪਾਲ ਮਨੀਲਾ ਉਹਨਾਂ ਵੱਲੋਂ ਮੁਬਾਰਕਾਂ ਭੇਜੀਆਂ ਗਈਆਂ ਨੇ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਵੀਰਾਂ ਦਾ ਨਾਲ ਹੀ ਇਹ ਧੰਨਵਾਦੀਆਂ ਸਰਦਾਰ ਪ੍ਰਗਟ ਸਿੰਘ ਜੀ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਜੀ ਫਾਊਂਡੇਸ਼ਨ ਸਰਦਾਰ ਸੁਖਵੀਰ ਸਿੰਘ ਜੀ ਦਰਸ਼ਨ ਸਿੰਘ ਜੀ ਪੰਚਾਇਤ ਮੈਂਬਰ ਤੇ ਦਿਲਵਾਗ ਸਿੰਘ ਜੀ ਪੰਚ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਜਿਹੜੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਖੇਡ ਮੇਲੇ ਦੀ ਰੌਣਕ ਵਧਾਉਣ ਆਏ ਜੀ ਬਹੁਤ ਬਹੁਤ ਧੰਨਵਾਦ ਖਾਈ ਤੇ ਬੁੱਟਰ ਦੀਆਂ ਟੀਮਾਂ ਨੇ ਸਾਡੀ ਕਮੇਟੀ ਨੇ ਫੈਸਲੇ ਕਰੇ ਨੇ ਸਾਡੇ ਕੋਲ ਤਕਰੀਬਨ 70-75 ਹੋ ਚੁੱਕੀਆਂ ਨੇ ਅਸੀਂ ਵੀਰੇ ਖਾਈ ਤੇ ਬੁੱਟਰ ਦੀਆਂ ਟੀਮਾਂ ਨੂੰ ਸਕ੍ਰੈਚ ਕਰਨ ਲੱਗੇ ਹਾਂ ਬਹੁਤ ਆਵਾਜ਼ਾਂ ਦੇਣੀਆਂ ਨੇ ਖਾਈ ਤੇ ਬੁੱਟਰ ਡਗਰੂ ਤੇ ਧੱਲੇ ਕੇ ਬਿਰਧ ਨੂੰ ਤੇ ਭਦੌੜ ਜਿਹੜੀਆਂ ਟੀਮਾਂ ਅਸੀਂ ਕਹਿ ਰਹੇ ਹਾਂ ਕਿਰਪਾ ਗਰਾਊਂਡ ਵਿੱਚ ਆ ਜਾਣਗੀਆਂ ਬਰਮਾਲੀਪੁਰ ਤੇ ਲਲਹੇੜੀ ਚੁਪਕਾ ਤੇ ਅੜੈਚਾ ਭਿੰਡਰ ਕਲਾਂ ਤੇ ਪੱਤੋਵਾਲ ਖਿਡਾਰੀ ਵੀਰਾਂ ਅੱਗੇ ਇੱਕ ਬੇਨਤੀ ਆ ਸਾਡੀ ਵੀ ਸਾਡਾ ਸਹਿਯੋਗ ਦਿਓ ਕਮੇਟੀ ਦਾ ਸਹਿਯੋਗ ਦਿਓ ਕਿਉਂਕਿ ਸਮਾਂ ਜਿਹੜਾ ਬੰਦ ਹੋ ਚੁੱਕਾ ਜੇ ਪਹਿਲੇ ਰਾਊਂਡ ਦੇ ਮੈਚ ਜਿਹੜੇ ਖੇਡੇ ਜਾ ਰਹੇ ਨੇ ਸਾਡੀ ਬੇਨਤੀ ਆ ਵੀਰੇ ਖਾਈ ਤੇ ਬੁੱਟਰ ਦੀ ਟੀਮ ਗਰਾਊਂਡ ਵਿੱਚ ਹਜੇ ਤੱਕ ਕੋਈ ਨਹੀਂ ਪੁੱਜੀ ਖਾਈ ਤੇ ਬੁੱਟਰ ਡਗਰੂ ਤੇ ਧੱਲੇ ਕੇ ਕਿਰਪਾ ਕਰਕੇ ਟੀਮਾਂ ਦੋਨੋਂ ਗਰਾਊਂਡ ਵਿੱਚ ਆ ਕੇ ਸੰਪਰਕ ਲੜਗੀਆਂ ਅਸੀਂ ਖਾਈ ਤੇ ਬੁੱਟਰ ਧੰਨਵਾਦੀ ਆ ਗਰੇਵਾਲ ਡਿਜੀਟਲ ਸਟੂਡੀਓ ਅੱਡਾ ਜੋਧਾ ਨਾਲ ਹੀ ਕੁਲਦੀਪ ਸਾਊਂਡ ਦੇ ਜਿਨ੍ਹਾਂ ਦੀ ਬਹੁਤ ਹੀ ਵਧੀਆ ਸਾਊਂਡ ਆ ਤੇ ਗਰੇਵਾਲ ਸਟੂਡੀਓ ਵਾਲਿਆਂ ਦੀ ਬਹੁਤ ਹੀ ਵਧੀਆ ਫੋਟੋਗ੍ਰਾਫੀ ਆ ਇਹਨਾਂ ਦਾ ਵੀ ਧੰਨਵਾਦ ਸਾਡੀ ਬੇਨਤੀ ਆ ਵੀਰੇ ਖਾਈ ਤੇ ਬੁੱਟਰ ਦੀ ਟੀਮ ਕਿਹੜੀ ਟੀਮ ਆ ਗਈ ਵੀਰੇ ਖਾਈ ਤੇ ਬੁੱਟਰ ਇਸ ਨੱਥੋਵਾਲ ਗਰਬੀ ਤੇ ਲਸਾੜੀ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਹੋਣਾ ਹੈ ਜਲਦੀ ਨਾਲ ਟੀਮਾਂ ਜਿਹੜੀਆਂ ਜਿਵੇਂ ਜਿਵੇਂ ਅਨਾਊਂਸ ਕਰਦੇ ਆ ਖਿਡਾਰੀ ਵੀਰੋ ਕੋਈ ਚੰਗਾ ਰਿਸਪੌਂਸ ਨਹੀਂ ਦੇ ਰਹੇ ਸਮੇਂ ਸਿਰ ਖੇਡ ਗਰਾਊਂਡ ਦੇ ਵਿੱਚ ਨਹੀਂ ਤੁਸੀਂ ਆ ਰਹੇ ਵਾਰ ਵਾਰ ਅਨਾਊਂਸਮੈਂਟ ਕਰਦੇ ਅਸੀਂ ਚੰਗੇ ਨਹੀਂ ਲੱਗਦੇ ਜਿਹੜੀਆਂ ਟੀਮਾਂ ਨੂੰ ਅਨਾਊਂਸਮੈਂਟ ਕਰ ਦਿੱਤੀ ਹੈ ਕਿੰਨਾ ਵਧੀਆ ਪ੍ਰਬੰਧ ਕੀਤਾ ਹੋਇਆ ਜੋਧਾ ਵਾਲਿਆਂ ਨੇ ਕੱਲੀ ਕੱਲੀ ਗੱਲ ਦੀ ਸਮਝ ਆ ਰਹੀ ਹੈ ਖਿਡਾਰੀ ਵੀਰੋ ਤੁਸੀਂ ਲਾਗੇ ਲਾਗੇ ਹੁੰਦੇ ਆ ਔਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਕੱਪੜੇ ਉਤਾਰ ਕੇ ਆਓ ਹਾਂਜੀ ਖਾਈ ਤੇ ਬੁੱਟਰ ਦਾ ਜੇਕਰ ਦੋਨੇ ਟੀਮਾਂ ਗਰਾਊਂਡ ਵਿੱਚ ਪਹੁੰਚ ਚੁੱਕੀਆਂ ਮੈਚ ਸ਼ੁਰੂ ਕਰਵਾ ਦਿਓ ਰੈਫਰੀ ਸਾਹਿਬ ਜੀ ਖਾਈ ਤੇ ਬੁੱਟਰ
ਘਗਰੂ ਤੇ ਧੱਲੇ ਕੇ ਵੈਰਤਨ ਤੇ ਪੰਧਾਉਣ ਬਰਮਾਲੀਪੁਰ ਤੇ ਲਹਿੜੀ ਚੁਪਕਾ ਤੇ ਅੜੈਚਾ ਪਿੰਡਰ ਕਲਾਂ ਤੇ ਬੱਦੋਵਾਲ ਢਲਮਾ ਤੇ ਦਿਆਲਪੁਰ ਹਰਿਆਣਾ ਹਰਿਆਣਾ ਸਾਰੀ ਟੀਮਾਂ ਸੀ ਵਾਰ ਵਾਰ ਸੱਦੇ ਪੱਤਰ ਦੇ ਰਹੇ ਹਾਂ ਖਾਈ ਤੇ ਵੁੱਟਰ ਦਾ ਮੈਚ ਸ਼ੁਰੂ ਕਰਵਾ ਦਿਓ ਜੀ ਜਲਦੀ ਨਾਲ ਮੁਕਾਬਲਾ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਦੋਨੋਂ ਟੀਮਾਂ ਦੇ ਵਿਚਕਾਰ ਅਫੀਸ਼ੀਅਲ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਅਫੀਸ਼ੀਅਲ ਪੁੱਜੇ ਹੋਏ ਨੇ ਡੈਡੀ ਦੜਵਾ ਜੀ ਕਾਕਾ ਢੇਰੀ ਵਾਲਾ ਮਨੀ ਤੂੜ ਇਹਨਾਂ ਸਾਰੇ ਹੀ ਵੀਰਾਂ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਜਿਹੜੇ ਅਫੀਸ਼ੀਅਲ ਵੀਰ ਖੇਡ ਗਰਾਊਂਡ ਦੇ ਵਿੱਚ ਜੱਜ ਨੇ ਇਹਨਾਂ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਅੱਜ ਮੇਰੇ ਵੀਰੋ ਬੁਲਟ ਮੋਟਰਸਾਈਕਲ ਇੱਕ ਮੋਗੇ ਜ਼ਿਲ੍ਹੇ ਦੇ ਖਿਡਾਰੀ ਨੂੰ ਬਾਲੇ ਵਾਲੇ ਮਨਪ੍ਰੀਤ ਸਿੰਘ ਨੂੰ ਦਿੱਤਾ ਜਾਣਾ ਹੈ ਆਪਾਂ ਉਸ ਵੀਰ ਨੂੰ ਵੀ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਬੁਲਟ ਮੋਟਰਸਾਈਕਲ ਦੇ ਨਾਲ ਵੱਡੇ ਮਾਨ ਸਨਮਾਨ ਹੋਣਗੇ ਜੱਸਾ ਸਾਡਾ ਵੀਰ ਜਿਹੜਾ ਸਵੀਰ ਤੋਂ ਪੁਆਇੰਟਾਂ ਤੇ ਡਿਊਟੀ ਦੇ ਰਿਹਾ ਸਵੀਰ ਦਾ ਧੰਨਵਾਦ ਕਰਦੇ ਹਾਂ ਅਸੀਂ ਜੱਸਾ ਸਾਡਾ ਵੀਰ ਖਾਈ ਵਰਸਜ ਬੁੱਟਰ ਦੀਆਂ ਟੀਮਾਂ ਦੇ ਦਰਮਿਆਨ ਮੈਚ ਵੀ ਸ਼ੁਰੂ ਹੋਣ ਜਾ ਰਿਹਾ ਕਬੱਡੀ ਓਪਨ ਉਸ ਤੋਂ ਬਾਅਦ ਡਗਰੂ ਤੇ ਧੱਲੇ ਕੇ ਖੇਡੇਗੀ ਵਿਰਧ ਵਤੇ ਪਧੌੜ ਬਰਮਾਲੀਪੁਰ ਤੇ ਲਹਿੜੀ ਚੁਪਕਾ ਤੇ ਅੜੈਚਾ ਪਿੰਡਰ ਕਲਾਂ ਤੇ ਬੱਦੋਵਾਲ ਢਲਮਾ ਤੇ ਦਿਆਲਪੁਰਾ ਹਰਿਆਣਾ ਜਲਾਲ ਤੇ ਚੱਕਰ ਸੈਤੋਂ ਕੇ ਧਲੇਰ ਇਹ ਕਿਰਪਾ ਕਰਕੇ ਟੀਮਾਂ ਗਰਾਊਂਡ ਦੇ ਨੇੜੇ ਆ ਜਾਣ ਤਾਂ ਜੇ ਆਪਾਂ ਸਮੇਂ ਦੇ ਮੈਚ ਸ਼ੁਰੂ ਕਰਵਾ ਸਕੀਏ ਕਬੱਡੀ ਪਿੰਡਵਾਰ ਦੀ ਲਓ ਮੁਕਾਬਲਾ ਜਿਹੜਾ ਸ਼ੁਰੂ ਕਰਵਾ ਦਿਓ ਇੱਕ ਪਾਸੇ ਟੀਮ ਜਿਹੜੀ ਕਹਿੰਦੇ ਵੀ ਨਥੂਆ ਨੇ ਗਰਬੀ ਦੀ ਟੀਮ ਜਿਹੜੀ ਉਹ ਇੱਧਰ ਖੇਤਾਂ ਵਾਲੀ ਸਾਈਡ ਹੋ ਗਈ ਹੈ ਤੇ ਲਸਾਰੀ ਦੀ ਟੀਮ ਜਿਹੜੀ ਆਪਾਂ ਆਖੀਏ ਵੀ ਰੋਡ ਵਾਲੀ ਸਾਈਡ ਚਲੀ ਗਈ ਹੈ ਖੇਡ ਗਰਾਊਂਡ ਦੇ ਵਿੱਚ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਪਹਿਲੀ ਕਬੱਡੀ ਦਰਸ਼ਕ ਵੀਰੋ ਨਥੂਆ ਨੇ ਗਰਬੀ ਦੀ ਸਾਈਡੋਂ ਨਾਈਏ ਨੇ ਸੋਨੀ ਡੇਢ ਕੇ ਪਿੰਡ ਦਾ ਪਾਉਣ ਦੇ ਲਈ ਹੰਦਿਆਂ ਦੇ ਵਿਚਕਾਰ ਖੜਾ ਪਹਿਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਧਰਤੀ ਮਾਂ ਨੂੰ ਟੇਕਿਆ ਹੋਇਆ ਮੱਥਾ ਲਓ ਪਹਿਲੀ ਕਬੱਡੀ ਸੋਨੀ ਡੇਢ ਕਿਆਂ ਵਾਲਾ ਪਾਉਣ ਦੇ ਲਈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਿਆ ਸੋਨੀ ਨਾਂ ਦੇ ਅਨੇਕਾਂ ਖਿਡਾਰੀ ਹੈ ਸੋਨੀ ਸੁਨੇਤ ਵਰਗੇ ਪਰ ਇਹ ਨਾਈਏ ਨੇ ਸੋਨੀ ਡੇਢ ਕਿਆਂ ਵਾਲਾ ਮੇਰੇ ਵੀਰੋ ਬਤੌਰ ਧਾਵੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਲਓ ਕੀਤੀ ਹੋਈ ਟਰਾਈ ਨਾਈਏ ਦੀ ਭੱਜਾ ਰਿਹਾ ਤੇ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ ਇੱਕ ਮਿੰਟ ਵੀਰ ਇੱਕ ਮਿੰਟ ਥੋੜਾ ਜਿਹਾ ਦੋ ਮਿੰਟ ਦੇ ਦਿਓ ਬਸ ਸਾਨੂੰ ਹਾਂਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਸਪੋਰਟਸ ਕਲੱਬ ਦੇ ਪ੍ਰਧਾਨ ਧੰਨਜੀਤ ਸਿੰਘ ਜੀ ਇਹਨਾਂ ਵੱਲੋਂ 2100 ਰੁਪਇਆ ਜੀ ਪੰਚਾਇਤ ਮੈਂਬਰ ਦਰਬਾਰਾ ਸਿੰਘ ਜੀ ਜੁਗਾ 1000 ਰੁਪਇਆ ਜੀ ਸੁਰਜੀਤ ਸਿੰਘ ਜੀ ਜੀਪੀ 1000 ਰੁਪਇਆ ਜੀ ਸੁਖਵੀਰ ਸਿੰਘ ਜੀ ਪ੍ਰਕਾਸ਼ ਫੂਡ ਵਾਲੇ 1000 ਰੁਪਇਆ ਜੀ ਸਰਪੰਚ ਰਜਿੰਦਰ ਸਿੰਘ ਜੀ 1100 ਰੁਪਇਆ ਐਕਸ ਸਰਪੰਚ ਸਰਦਾਰ ਬਲਦੇਵ ਸਿੰਘ ਜੀ 1100 ਰੁਪਇਆ ਸਰਦਾਰ ਗੋਬਿੰਦ ਸਿੰਘ ਜੀ 1000 ਰੁਪਇਆ ਤੇ ਸਰਦਾਰ ਹਮੀਰ ਸਿੰਘ ਜੀ 1100 ਰੁਪਇਆ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਮਾਇਆ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਮਨੀ ਨਾਰਵੇ ਸਰਦਾਰ ਕਰਮਵੀਰ ਸਿੰਘ ਜੀ ਕਰਮਜੀਤ ਸਿੰਘ ਜੀ ਕੈਨੇਡਾ ਬੋਲੂ ਕੈਨੇਡਾ ਇਹਨਾਂ ਦੇ ਉੱਤੇ ਫੋਨ ਆਏ ਨੇ ਮੈਚ ਦੇਖ ਰਹੇ ਨੇ ਆਨੰਦ ਮਾਣਦੇ ਨੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਵੀਰਾਂ ਦਾ ਵੀ ਹਾਂਜੀ ਇੱਥੇ ਮੈਚ ਖੇਡਿਆ ਜਾ ਰਿਹਾ ਲਸਾੜਾ ਗਿੱਲ ਦੀ ਜੋ ਟੀਮ ਉਹ ਆਪਣੇ ਇੱਧਰ ਸੜਕ ਵਾਲੀ ਸਾਈਡ ਚਲੀ ਗਈ ਉਧਰ ਲੰਗਰ ਆ ਗਿਆ ਜੀ ਜਸਵੀਰ ਨੇ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕ ਲਓ ਔਰ ਨਾਲ ਹੀ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨੇ ਥੱਲੇ ਬੈਠ ਜਾਓ ਕਿਉਂਕਿ ਦਰਸ਼ਕ ਵੀਰ ਕਬੱਡੀ ਦੇਖਣ ਦੇ ਲਈ ਆਉਂਦੇ ਆ ਲਓ ਸਾਹਮਣੇ ਭਾਰੀ ਜੇ ਸਰੀਰ ਵਾਲਾ ਨਾਈਏ ਨੇ ਖੇਡ ਮੈਦਾਨ ਦੇ ਵਿੱਚ ਭਲਵਾਨ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ ਕੁਲਜੀਤ ਸਿੰਘ ਭਲਵਾਨ ਦੀ ਪਾਈ ਹੋਈ ਕਬੱਡੀ ਤੇ ਇੱਕ ਪਾਸੇ ਦੇਖਾਂਗੇ ਭਾਰੀ ਜੇ ਸਰੀਰ ਵਾਲਾ ਪਾਲੀ ਚਮਿੰਡਾ ਜੀ ਹਰਪਾਲ ਪਾਲੀ ਚਮਿੰਡਾ ਉਹ ਵੀ ਬਾਹਰ ਬੈਠੇ ਮੈਚ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇੱਕ ਪਾਸੇ ਲਸਾੜੇ ਗਿੱਲ ਦੀ ਟੀਮ ਤੇ ਦੂਸਰੇ ਪਾਸੇ ਟੀਮ ਪਿੰਡੀ ਵਿੱਚ ਮੈਚ ਖੇਡਿਆ ਜਾ ਰਿਹਾ ਹੈ ਸਮੇਂ ਖੇਡ ਮੈਦਾਨ ਵਿੱਚ ਲਸਾੜੇ ਗਿੱਲ ਦੀ ਤਰਫੋਂ ਪਈ ਹੋਈ ਕਬੱਡੀ ਕਿ ਕੋਈ ਡੌਲੀ ਉੱਤੇ ਸ਼ੇਰ ਕੋਈ ਸੱਪ ਖੜਪਾਉਂਦਾ ਏ ਕਿ ਥਾਪੀ ਮਾਰ ਧਾਵੀ ਰੇਡ ਜਾਫੀਆਂ ਤੇ ਪਾਉਂਦਾ ਏ ਅੱਜ ਕਿਤੇ ਡੌਲੇ ਪੱਟਾਂ ਵਿੱਚ ਜ਼ੋਰ ਚੜੇ ਲੋਕਾਂ ਨੂੰ ਵੀ ਲੋਰ ਵੇਖ ਮੈਚ ਲੋਕ ਮਾਰਦੇ ਨੇ ਤਾੜੀ ਪੰਜਾਬੀ ਉੱਤੇ ਹੋਰ ਖੇਡਾਂ ਬੜੀਆਂ ਪਰ ਕਬੱਡੀ ਸਾਨੂੰ ਜਾਣ ਤੋਂ ਪਿਆਰੀ ਲਓ ਸੋਨੀ ਡੇਢ ਕੇ ਪਿੰਡ ਵਾਲਾ ਅਗਲੀ ਕਬੱਡੀ ਨਥੂਆਣ ਗਰਵੀ ਦੀ ਟੀਮ ਲਈ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸਾਹਮਣੇ ਪਾਈ ਹੋਈ ਕਬੱਡੀ ਹੈ ਹੁਣ ਚਾਰ ਜਾਫੀ ਕੁਝ ਸਰੀਰ ਹੈ ਕਿ ਚਾਰ ਖੜੇ ਜਾਫੀ ਧਾਵੀ ਆ ਗਿਆ ਭੱਜ ਕੇ ਕੌਣ ਖਿੱਚੂ ਗਿੱਟੇ ਕੌਣ ਲੱਗੂ ਭੱਜ ਕੇ ਕਿਹਦੇ ਮੋਟੇ ਪੱਟ ਕਿਹਦੇ ਦੌਲੇ ਪੈ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ
ਇੱਥੇ ਸ਼ੇਰ ਹੀ ਪੈਦਾ ਹੁੰਦੇ ਆ। ਸ਼ੇਰਾਂ ਮਰਦ ਦਲੇਰਾਂ ਦੀ ਧਰਤੀ ਆ ਪੰਜਾਬ ਮੇਰੇ ਵੀਰੋ। ਔਰ ਸਾਡੇ ਵੀਰ ਤਰਨ ਜੋਧਾ ਹੋਰੀ, ਮਾਨਕ ਜੋਧਾ ਹੋਰੀ, ਸਾਰੇ ਵੀਰਾਂ ਦਾ ਧੰਨਵਾਦ ਕਰਦੇ। ਰਾਣਾ ਕਲਕੱਤੇ ਵਾਲਾ, ਪੰਮਾ ਗਰੇਵਾਲ, ਅਵਤਾਰ ਸਿੰਘ ਜੀ ਜਲਦਾਰ, ਜੁਝਾਰ ਸਿੰਘ ਜੀ ਮਨੀਲਾ, ਮੋਹਣਾ ਯੋਧਾ ਯੂਐਸਏ, ਪ੍ਰਤਪਾਲ ਸਿੰਘ ਜੀ ਯਾਲਦਾਰ, ਇਹਨਾਂ ਸਾਰੇ ਹੀ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਬਾਲੇ ਤੇ ਮੇਰੇ ਵੀਰੋ, ਸੁੱਖਾਂ ਦਾ ਤਵੀਤ ਬੰਨਿਆ ਹੋਇਆ, ਪਰ ਕਬੱਡੀ ਮੇਰੇ ਵੀਰੋ ਜ਼ੋਰ ਦੀ ਹੈ, ਤਕਨੀਕ ਦੀ ਹੈ, ਜੋਸ਼ ਦੀ ਹੈ ਕਿ ਹੋਸ਼ ਜੋਸ਼ ਤਕਨੀਕ ਦੀ। ਅੱਜ ਕੱਲ ਖੇਡ ਕਬੱਡੀ ਬਈ ਨਿਰੇ ਜ਼ੋਰ ਵਾਲੇ ਨੂੰ ਜਾਫੀ ਢਾ ਹੀ ਜਾਂਦੇ ਨੇ, ਕਾਮਰ ਦੀ ਤੇਜ਼ ਨਿਗਾਹ ਹੁੰਦੀ, ਜਿਹੜੇ ਰੇਡਰਾਂ ਦੀ ਪਤਾ ਨਹੀਂ ਲੱਗਦਾ ਕਿਹੜੇ ਮੌਕੇ ਹੱਥ ਲਾ ਹੀ ਜਾਂਦੇ ਨੇ। ਰੱਬ ਵਾਂਗੂ ਜੋ ਗੇਮ ਪੂਜਦੇ ਜੱਦੀ ਲਗੋਟੇ ਦੇ, ਇੱਕ ਨਾ ਇੱਕ ਦਿਨ ਆਪਣਾ ਨਾਂ ਚਮਕਾ ਹੀ ਜਾਂਦੇ ਨੇ। ਲੰਘਿਆ ਨੀ ਆ ਜੋਧਿਆ ਇਹ ਦਿਨ, ਚਾਰ ਜਵਾਨੀ ਦੇ ਜੋ ਸਾਂਭ ਲੈਂਦੇ ਉਹ ਹਰ ਮਦਾਨੇ ਸ਼ਾਹ ਹੀ ਜਾਂਦੇ ਨੇ। ਦੇਖ ਤਰਨ ਸਿਆ ਜ਼ੋਰ ਲੱਗਾ ਹੋਇਆ ਅੱਡੀ ਚੋਟੀ ਦਾ, ਤੇ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ। ਸਾਡੀ ਬੇਨਤੀ ਆ ਵੀ ਸਾਡੀ ਕਮੇਟੀ ਨੇ ਫੈਸਲਾ ਕਰਿਆ ਕਿ ਜਿਹੜੀ ਟੀਮ ਸਮੇਂ ਸਿਰ ਨਹੀਂ ਆਉਂਦੀ ਤਾਂ ਅਸੀਂ ਉਹ ਟੀਮ ਕੱਟ ਦੇਵਾਂਗੇ। ਬਾਅਦ ਦੇ ਵਿੱਚ ਕੋਈ ਵੀ ਖਿਡਾਰੀ ਇਤਰਾਜ਼ ਨਾ ਕਰੇ, ਜਿਹੜੀ ਟੀਮ ਮੈਚ ਚੱਲਦੇ ਚੱਲਦੇ ਗਰਾਊਂਡ ਵਿੱਚ ਨਹੀਂ ਐਂਟਰ ਹੁੰਦੀ, ਉਹ ਟੀਮ ਸਕ੍ਰੈਚ ਕਰ ਦਿੱਤੀ ਜਾਵੇਗੀ। ਇਹ ਖਿਡਾਰੀ ਸਾਰੇ ਨੋਟ ਕਰ ਲੈਣ। ਨਾਲ ਹੀ ਸਾਡੇ ਸਾਥੀ ਬੁਲਾਰੇ ਰੁਪਿੰਦਰ ਜਲਾਲ ਜੀ ਤੇ ਅਮਨ ਲੋਪੋ, ਉਹ ਵੀ ਅਗਲੇ ਮੈਚਾਂ ਦੇ ਲਈ ਖੇਡ ਗਰਾਊਂਡ ਦੇ ਵਿੱਚ ਆ ਜਾਣੇ। ਨਾਲ ਹੀ ਆਪਾਂ ਅਮਨ ਲੋਪੋ ਨੂੰ ਵਿਆਹ ਦੀ ਲੱਖ ਲੱਖ ਮੁਬਾਰਕਬਾਦ ਵੀ ਅੱਜ ਮੈਂ ਕੋਈ ਦਿੰਦੇ ਹਾਂ। ਸਨਾਯੂਐਨ ਨੇ ਵੀ ਮੇਰੇ ਵੀਰੋ ਵਿਆਹ ਕਰਵਾ ਲਿਆ, ਅਮਨ ਲੋਪੋ ਨੇ ਉਹਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਅਗਲੇ ਮੁਕਾਬਲੇ ਦੇ ਲਈ ਟੀਮਾਂ ਤਿਆਰ ਰਹਿਣ, ਨਾਲ ਹੀ ਰੁਪਿੰਦਰ ਜਲਾਲ ਤੇ ਅਮਨ ਲੋਪੋ ਖੇਡ ਗਰਾਊਂਡ ਦੇ ਵਿੱਚ ਆ ਜਾਣੇ। ਚੱਲਦੇ ਮੁਕਾਬਲੇ ਦੇ ਵਿੱਚੋਂ ਨਥੂਆਣੇ ਗਰਬੀ ਦੀ ਟੀਮ ਜਿਹੜੀ ਜੇਤੂ ਹੈ, ਨਥੂਆਣਾ ਗਰਬੀ ਦੀ ਟੀਮ ਜੇਤੂ ਹੈ। ਖਾਈ ਤੇ ਬੁੱਟਰ ਦਾ ਜਿਹੜਾ ਮੈਚ ਵੀਰੋ ਸ਼ੁਰੂ ਕਰਵਾ ਦਿੱਤਾ ਜਾਵੇ, ਖਾਈ ਤੇ ਬੁੱਟਰ, ਉਸ ਤੋਂ ਬਾਅਦ ਡਗਰੂ ਤੇ ਧੱਲੇ ਕੇ, ਬੈਰਦਮ ਤੇ ਭਧੌੜ, ਬਰਮਾਲੀਪੁਰ ਤੇ ਲਲਹੇੜੀ, ਚੁਪਕਾ ਤੇ ਅੜੈਚਾ, ਭਿੰਡਰ ਕਲਾਂ ਤੇ ਪਤੋਵਾਲ ਢਲਵਾਂ ਤੇ ਦਿਆਲਪੁਰ ਹਰਿਆਣਾ, ਉੱਥੇ ਰੁਪਿੰਦਰ ਜਲਾਲ ਤੇ ਅਮਨ ਲੋਪੋ ਵਿਸ਼ੇਸ਼ ਤੌਰ ਤੇ ਉਹ ਵੀ ਅਗਲੇ ਮੈਚ ਲਈ ਮੈਚ ਦੇ ਸਮਾਵਾਂ ਦੇਣਗੇ। ਤੇ ਕਬੱਡੀ ਓਪਨ ਦੇ ਬਹੁਤ ਤਕੜੇ ਮੈਚ ਜਿਹੜੇ ਖੇਡੇ ਜਾ ਰਹੇ ਨੇ ਅੱਜ ਉਹਦੇ ਧਰਤੀ ਤੇ, ਜਿੱਥੇ ਦੋ ਮੋਟਰਸਾਈਕਲ ਰੱਖੇ ਹੋਏ ਨੇ ਮੇਰੇ ਵੀਰੋ, ਅੱਜ ਬੈਠ ਜਾਫੀ ਦਿੱਤੇ ਜਾਣੇ ਨੇ। ਅੱਜ ਵੇਖਦਾ ਕਿਹੜਾ ਕਰਮਾਂ ਵਾਲਾ ਭਾਗਾ ਭਰਿਆ ਨੌਜਵਾਨ ਜਿਹੜਾ ਅੱਜ ਸਕਿੱਟ ਬਿੱਲੇ ਦੇ ਉੱਤੋਂ ਮੋਟਰਸਾਈਕਲ ਜਿੱਤ ਕੇ ਲੱਗ ਜਾਂਦਾ ਹੈ। ਦਰਸ਼ਕ ਵੀਰ ਵੀ ਹੌਲੀ ਹੌਲੀ ਜੁੜਦੇ ਜਾ ਰਹੇ ਨੇ ਖੇਡ ਮੇਲੇ ਦੇ ਉੱਤੇ ਮੇਰੇ ਵੀਰੋ, ਬੜੀ ਦੂਰੋਂ ਚੱਲ ਕੇ ਪੁੱਜ ਰਹੇ ਨੇ ਕਿ ਸਾਡਾ ਵੀਰ ਰਮਨ ਦਾਖਾ ਉਸ ਵੀਰ ਨੂੰ ਵੀ ਜਿਉਂ ਆਖਦੇ ਤੇ ਪੁੱਜਣ ਤੇ ਰੁਪਿੰਦਰ ਜਲਾਲ ਤੇ ਅਮਨ ਲੋਪੋ ਰਨਿੰਗ ਕਮੈਂਟਰੀ ਦੇ ਲਈ ਖੇਡ ਗਰਾਊਂਡ ਦੇ ਵਿੱਚ ਆਉਣਗੇ। ਸਾਡੇ ਵੀਰ ਵੱਡਾ ਨਾਂ, ਆਪਾਂ ਆਖੀ ਵੀ ਕਮੈਂਟਰੀ ਦੀ ਦੁਨੀਆ ਦੇ ਬਲਜੀਤ ਤੇ ਗਿੱਪੀ ਆ, ਨੌਜਵਾਨ ਦੋਨੋਂ ਵੱਡੀ ਪ੍ਰਸਿੱਧ ਜੋੜੀ ਹੈ ਇਹਨਾਂ ਦੀ ਵੀ, ਜਿਵੇਂ ਗਾਇਕੀ ਦੇ ਵਿੱਚ ਦਲਜੀਤ ਤੇ ਗਿੱਪੀ ਹੈ, ਉਵੇਂ ਕਮੈਂਟਰੀ ਦੇ ਵਿੱਚ ਇਹ ਨੌਜਵਾਨ ਮੇਰੇ ਵੀਰੋ ਕਮੈਂਟਰੀ ਦੇ ਦਲਜੀਤ ਤੇ ਗਿੱਪੀ ਹੈ, ਦੋਨੋਂ ਖੇਡ ਗਰਾਊਂਡ ਦੇ ਵਿੱਚ ਆ ਜਾਣ, ਅਮਨ ਲੋਪੋ ਤੇ ਰੁਪਿੰਦਰ ਜਲਾਲ। ਅਗਲਾ ਮੁਕਾਬਲਾ ਜਿਹੜਾ ਖੇਡ ਗਰਾਊਂਡ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ, ਉੱਥੇ ਸਾਡੇ ਡੀਡੀ ਪੰਜਾਬੀ ਤੋਂ ਅਵਤਾਰ ਸਿੰਘ ਜੀ ਆਨੰਦਪੁਰੀ, ਉਹ ਵੀ ਆਪਣੀ ਟੀਮ ਦੇ ਸਮੇਤ ਇੱਥੇ ਪੁੱਜੇ ਨੇ, ਜਿਨ੍ਹਾਂ ਨੇ ਇਸ ਖੇਡ ਮੇਲੇ ਦਾ ਕੀ ਦੇਖਿਆ ਹਾਲ ਆਪਣਾ ਡੀਡੀ ਪੰਜਾਬੀ ਤੇ ਵਿਖਾਇਆ ਜਾਵੇਗਾ। ਉਹ ਵੀ ਸਾਡੇ ਕੋਲ ਪੁੱਜੇ ਨੇ ਅਵਤਾਰ ਸਿੰਘ ਆਨੰਦਪੁਰੀ, ਉਹਨਾਂ ਇੱਥੇ ਪੁੱਜਣ ਤੇ ਧੰਨਵਾਦ ਕਰਦੇ ਜੀ ਆਖਦੇ ਅਸੀਂ। ਇੱਕ ਪਾਸੇ ਟੀਮ ਖਾਈ ਦੀ ਮੇਰੇ ਵੀਰੇ, ਉਹ ਜਿਹੜੀ ਟੀਮ ਨੋਟ ਕਰ ਲਿਓ, ਉਹ ਟੀਮ ਚੱਲੇਗੀ ਆਪਣੇ ਇੱਧਰ ਖੇਤਾਂ ਵਾਲੀ ਸਾਈਡ ਤੇ ਦੂਜੇ ਪਾਸੇ ਜਿਹੜੀ ਟੀਮ ਖੇਡੇਗੀ ਬੂਟਰ ਪਿੰਡ ਦੀ। ਮੈਚ ਕਬੱਡੀ ਓਪਨ ਦੇ ਪਹਿਲੇ ਰਾਊਂਡ ਦੇ ਖੇਡੇ ਜਾ ਰਹੇ ਨੇ ਮੇਰੇ ਵੀਰੋ, ਖਾਧੀਆਂ ਹੋਈਆਂ ਖੁਰਾਕਾਂ ਤੇ ਲਾਈਆਂ ਹੋਈਆਂ ਮਿਹਨਤ ਦਾ ਮੁੱਲ ਅੱਜ ਕਿੱਧਰ ਕੇ ਜੁੱਧ ਦੇ ਕਬੱਡੀ ਕੱਪ ਤੇ ਪੈ ਰਿਹਾ ਹੈ। ਅੱਜ ਪੰਮ ਵਧਾਈ ਦਾ ਪਾਤਰ ਮੇਰੇ ਵੀਰੋ ਰਾਣੇ ਕਲਕੱਤੇ ਵਰਗੇ, ਤਰਨ ਵਰਗੇ, ਜੋਧਾ ਵਰਗੇ ਸਮੁੱਚੀ ਕਮੇਟੀ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ, ਕਿਉਂਕਿ ਜਿਨ੍ਹਾਂ ਦੀ ਬਦੌਲਤ ਅੱਜ ਬੜੀ ਦੂਰ ਤੋਂ ਚੱਲ ਕੇ ਟੀਮਾਂ ਪੁੱਜੀਆਂ ਨੇ। ਪਹਿਲੀ ਕਬੱਡੀ ਕਿਤੇ ਪੈਣ ਜਾ ਰਹੀ ਹੈ, ਉੱਚਾ ਲੰਮਾ ਕੱਦ, ਇਸ ਵੇਲੇ ਖੇਡ ਮੈਦਾਨ ਵਿੱਚ ਪਈ ਹੋਈ ਕਬੱਡੀ ਕਿ ਖੇਡਦਾ ਕਬੱਡੀ ਹੋਵੇ, ਉਹਨੇ ਪਹਿਲੀ ਕੋਟੀ ਪਾਈ ਹੋਵੇ, ਲੱਗਦਾ ਜੀ ਵੇਖ ਜੱਫਾ ਤਾੜੀ ਲੋਕਾਂ ਨੇ ਵਜਾਈ ਹੋਵੇ, ਇੱਕ ਜੋਧ ਵਾਲੇ ਅੰਕ ਲੈ ਕੇ ਡੇਢ ਢੇਰੀਆਂ ਤੇ ਹੋਵੇ, ਜਦੋਂ ਖੜਦਾ ਵੀ ਉਦੋਂ ਦਿਲ ਗੱਭਰੂ ਦਾ ਫਿਰ ਉੱਡ ਜੂ ਕਰਦਾ। ਡੇਢ ਪੁਆਇੰਟ ਸਮੇਂ ਜਾਪੀ ਖਾਈ ਪਿੰਡ ਵਾਲਾ ਆਪਣੀ ਟੀਮ ਦੀ ਫਿਸਲ ਚੁੱਕਿਆ, ਚੱਲ ਵੀ ਨੌਜਵਾਨਾਂ ਪਾਤ ਗਈ ਕਬੱਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਧਾ ਪਿੰਡ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਖੇਡ ਕਬੱਡੀ ਦੀਆਂ, ਕਿ ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ। ਕਹਿੰਦੇ ਗੁਲਾਬ ਵਰਗਾ ਪੰਜਾਬ ਤੇ ਜ਼ਿਲ੍ਹੇ ਲੁਧਿਆਣੇ ਦਾ ਮਾਣ ਮਤਾ ਨਗਰ ਹੈ, ਮਾਲਵੇ ਦੀ ਧਰਤੀ ਹੈ,
साहब श्री गुरु गोबिंद सिंह जी महाराज की चरणा की शोभ प्राप्त धरती के ना कोई उन्हां वर्गा होया ना कोई उन्हां वर्गा होना है। जुगा जुगा तक रहनगियां यादां उस दरवेश दियां, कौन करूगा रीसा कलगीधर दशमेश दियां, कौन करूगा रीसा कलगीधर दशमेश दियां। जैतो मोर्चे दे शहीद भाई लाभ सिंह जी स्पोर्ट्स क्लब योधा, अठवां जैलदार बाबा अजैब सिंह जी अते बाबा नैब सिंह जी गरेवाल यादगारी कबड्डी कप, साड़ी जिंदगी दी बहुत सत्कारयोग शख्सियत यूएसए दे कहिंदे सियाटल तो मोहना हर साल इस ग्राउंड दे विच मेरे वीरो ग्राउंड दे नाल जुड़दा है, वह भी साड़ा वीर इस साल पुज्या होया है। नाल जैलदार प्रितपाल सिंह जी प्रधान ने और राणा कलकत्ते वाला पम गरेवाल होनी अवतार जैलदार होनी ते जुझार मनीला होनी अज दे इस टूरनामेंट लई बहुत वड्डे योगदान, उत्थे तरन होना दे नाल कहिंदे मानक होना दा बहुत वड्डा योगदान अज दे इस टूरनामेंट दे लई। लै वी लक्खी जिहड़ी लिस्ट है वह ग्राउंड दे विच मेरे कोले पुज्दी कर दे। साडा तारा कहिंदा सी वी गिप्पी ते दलजीत पर जिथे गुरदास मान साहब आए होण उत्थे गिप्पी ते दलजीत दी कोई गल नहीं बनदी। कमेंट्री दे बाबा बोर्ड कबड्डी कमेंट्री दे गुरदास मान अज सानू वड्डा माण है। प्रोफेसर साहब साढ़े उस्ताद जी साढ़े विच ने स्टेज दे विराजमान ने, इहो वड्डी गल है मेरे वीरो। आओ खेड मैदान दे विच आपां वेखीए दोनों टीमां दे दरमियान मुकाबला जिहड़ा खेडिया जा रहा है। जिहड़ियां टीमां दा मैच नहीं वह प्लीज एक साइड ते होके बैठ जाण, जिन्हें वार्म अप होना वह बाहरली साइड हो सकते हो। गल्लां दो है, जिन्हें वार्म अप होना है वह बाहर हो सकते हो ते नहीं तुसीं बैठ सकते हो। 62 टीमां जिहड़ियां पहुंचियां होईयां इस टूरनामेंट ते, लै वी राणिया किन्नियां हो गईयां, 76 टीमां हो गईयां सी। दूजियां कमेटियां नूं कहिंदे सी वी टीमां घट एंटर करिया करो, पर साढ़े घर दे बंदिया ने जिहड़ियां 76 टीमां एंटर कर लईयां। कोई गल नहीं, साडी बेनती है टीमां दे खिडारियां नूं वी आपां समय सिर ग्राउंड दे विच पहुंचणा। ਧੱਲੇ ਕਿਤੇ ਡਗਰੂ ਦੀਆਂ ਟੀਮਾਂ ਜੇਕਰ ਪਹੁੰਚੀਆਂ ਤਾਂ ਹੱਥ ਖੜਾ ਕਰਕੇ ਦੱਸ ਦੇਣ ਡਗਰੂ ਦੀ ਟੀਮ, ਨਾਲ ਹੀ ਵਿਰਦਨੋ ਤੇ ਭਦੌੜ, ਵਿਰਦਨੋ ਤੇ ਭਦੌੜ ਦੀ ਟੀਮ ਨੂੰ ਵੀ ਮੇਰੀ ਬੇਨਤੀ ਹੈ ਵੀ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ। ਬਰਮਾਲੀਪੁਰ ਤੇ ਲਲਹੇੜੀ, ਅੜੈਚਾ ਤੇ ਚੁਬਕਾ, ਡਾਲਾ ਤੇ ਬੁਰਜ ਲਿੱਟਾਂ, ਨਾਲ ਹੀ ਭਿੰਡਰ ਕਲਾਂ ਤੇ ਬੱਦੋਵਾਲ, ਦਿਆਲਪੁਰ ਹਰਿਆਣਾ ਤੇ ਢਿਲਵਾਂ, ਜਲਾਲ ਤੇ ਚੱਕਰ, ਸੈਦੋ ਕਿਤੇ ਧਲੇਰ, ਕਿਸੇ ਵੀ ਟੀਮ ਦਾ ਕੋਈ ਮੈਚ ਜਿਹੜਾ ਉਹ ਲੇਟ ਨਹੀਂ ਕੀਤਾ ਜਾਣਾ। ਇਹ ਕਬੱਡੀ ਦੇ ਖਿਡਾਰੀ ਨੋਟ ਕਰ ਲੈਣ, ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿਸੇ ਵੀ ਟੀਮ ਦਾ ਕੋਈ ਮੈਚ ਆ ਜਿਹੜਾ ਉਹ ਨਹੀਂ ਲੇਟ ਹੋਣਾ। ਅਮਨ ਸਾਡਾ ਵੀਰ ਅਗਲੀ ਗੱਲ ਕਰੂ। ਧੰਨਵਾਦ ਹੈ ਉਸ ਪਰਮਾਤਮਾ ਦਾ ਜਿਹਨੇ ਮਿੱਟੀ ਦੇ ਜਿਸਮ ਨੂੰ ਜਾਨ ਬਖਸ਼ੀ, ਇੱਕ ਸੋਚਣ ਦੇ ਲਈ ਦਿਮਾਗ ਦਿੱਤਾ ਤੇ ਬੋਲਣ ਦੇ ਲਈ ਜ਼ਬਾਨ ਬਖਸ਼ੀ, ਇੱਕ ਵਤਨ ਸਾਨੂੰ ਪੰਜਾਬ ਦਿੱਤਾ ਉੱਤੋਂ ਵੱਖਰੀ ਸਾਨੂੰ ਪਹਿਚਾਣ ਬਖਸ਼ੀ, ਜਿੱਥੇ ਜਾਈਦਾ ਲੋਕ ਸਤਿਕਾਰ ਕਰਦੇ ਨੇ। ਗੁਰੂ ਨਾਨਕ ਨੇ ਇੰਨੀ ਇਹ ਸ਼ਾਨ ਬਖਸ਼ੀ, ਬਾਬੇ ਨਾਨਕ ਨੇ ਇੰਨੀ ਇਹ ਸ਼ਾਨ ਬਖਸ਼ੀ। ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਤੇ ਅੱਜ ਮਾਂ ਖੇਡ ਦਾ ਮੇਲਾ ਮੇਰੇ ਵੀਰੋ ਜੋਧਾ ਪਿੰਡ ਦੇ ਵਿੱਚ ਲੱਗਿਆ ਹੋਇਆ ਹੈ, ਜ਼ਿਲ੍ਹੇ ਲੁਧਿਆਣੇ ਦਾ ਜੋਧਾ ਪਿੰਡ। ਹਰਪਿੰਦਰ ਜੀ ਕਿਹੜੀ ਟੀਮ ਜੇਤੂ ਹੈ? ਖਾਈ ਦੀ ਟੀਮ ਜੇਤੂ ਰਹੀ ਹੈ ਜੀ, ਖਾਈ ਦੀ ਟੀਮ। ਹੁਣ ਬੇਨਤੀ ਆ ਵੀ ਕੋਈ ਵੀ ਟੀਮ ਹੈ ਜਿਹੜੀ ਉਹ ਗਰਾਊਂਡ ਦੇ ਵਿੱਚ ਲੇਟ ਨਾ ਆਵੇ, ਇਹ ਹੱਥ ਬੰਨ ਕੇ ਬੇਨਤੀ ਆ ਕਬੱਡੀ ਦੇ ਖਿਡਾਰੀਆਂ ਨੂੰ। ਹਾਂਜੀ, ਸਾਡੇ ਵਿੱਚ ਪਹੁੰਚੇ ਨੇ ਉੱਗੇ ਬੁਲਾਰੇ ਸਰਦਾਰ ਗੁਰਪ੍ਰੀਤ ਸਿੰਘ ਜੀ ਬੇਰ ਕਲਾਂ, ਇਹਨਾਂ ਨੂੰ ਅਸੀਂ ਤਹਿ ਦਿਲੋਂ ਜੀ ਆਇਆਂ ਆਖਦੇ ਹਾਂ ਤੇ ਧੰਨਵਾਦੀ ਹਾਂ ਗੁਰਪ੍ਰੀਤ ਸਿੰਘ ਜੀ ਦੇ, ਜਿਹੜੇ ਆਪਣੇ ਕੀਮਤੀ ਸਮੇਂ ਦਾ ਸਮਾਂ ਕੱਢ ਕੇ ਸਾਡੇ ਖੇਡ ਮੇਲੇ ਰੌਣਕ ਨੂੰ ਚਾਰ ਚੰਨ ਲਾਉਣ ਆਏ ਜੀ। ਨਾਲ ਹੀ ਸਰਦਾਰ ਸੁਰਿੰਦਰ ਸਿੰਘ ਜੀ ਸਰਪੰਚ ਚਮਿੰਡਾ, ਬੋਗਾ ਸਿੰਘ ਜੀ ਢੈਪੀ, ਤਰਸੇਮ ਸਿੰਘ ਜੀ ਚਮਿੰਡਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡੇ ਟੂਰਨਾਮੈਂਟ ਦੀ ਰੌਣਕ ਵਧਾਉਣ ਆਏ ਜੀ। ਜਲਦੀ ਦੇ ਨਾਲ ਮੈਚ ਸ਼ੁਰੂ ਕਰਵਾ ਦਿਓ ਜੀ। ਬੇਨਤੀ ਹੈ ਡਗਰੂ ਵਰਸੇ ਧੱਲੇ ਕੇ, ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ। ਕਬੱਡੀ ਦੇ ਖਿਡਾਰੀ ਨੋਟ ਕਰ ਲੈਣ। ਦਰਸ਼ਕਾਂ ਤੋਂ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਹਾਂ ਵੀ ਕਮੈਂਟਰੀ ਪਹਿਲੇ ਰਾਊਂਡ ਦੇ ਵਿੱਚ ਨਹੀਂ ਹੋਣੀ, ਕੱਲੀਆਂ ਟੀਮਾਂ ਹੀ ਬੁਲਾ ਹੋਣੀਆਂ। ਮੇਰੀ ਹੱਥ ਬੰਨ ਕੇ ਬੇਨਤੀ ਟੀਮਾਂ ਦੇ ਖਿਡਾਰੀਆਂ ਨੂੰ, ਵਿਰਦਨੋ ਤੇ ਭਦੌੜ ਜਿਹੜੀਆਂ ਟੀਮਾਂ ਨੇ ਵਾਰਮ ਅਪ ਹੋਣਾ ਜੀ, ਉਹ ਪਲੀਜ਼ ਗਰਾਊਂਡ ਤੋਂ ਬਾਹਰ ਜਾ ਕੇ ਵਾਰਮ ਅਪ ਹੋ ਸਕਦੀਆਂ। ਜਿਹੜੀਆਂ ਟੀਮਾਂ ਨੇ ਵਾਰਮ ਅਪ ਹੋਣਾ ਉਹ ਪਲੀਜ਼ ਗਰਾਊਂਡ ਤੋਂ ਬਾਹਰ ਜਾ ਕੇ ਵਾਰਮ ਅਪ ਹੋਣ। ਵਿਰਦਨੋ ਦੀ ਟੀਮ ਹਜੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈ, ਵਿਰਦਨੋ ਦੀ ਟੀਮ ਨੂੰ ਮੇਰੀ ਬੇਨਤੀ ਆ ਵੀ ਉਹ ਗਰਾਊਂਡ ਦੇ ਵਿੱਚ ਆ ਜਾਏ।
ਉਧਰ ਜਿੱਥੇ ਪ੍ਰੋਫੈਸਰ ਮੱਖਣ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ, ਉੱਥੇ ਗੁਰਪ੍ਰੀਤ ਸਿੰਘ ਜੀ ਬੇਰਕਲਾਂ ਉਹ ਵੀ ਸਾਡੇ ਦਰਮਿਆਨ ਅੱਜ ਇੱਥੇ ਪੁੱਜ ਚੁੱਕੇ। ਅੱਜ ਪੂਰੀ ਜਿਹੜੀ ਫੌਜ ਹੈ ਪ੍ਰੋਫੈਸਰ ਮੱਖਣ ਸਿੰਘ ਦੀ ਅੱਜ ਮੋਹਣੇ ਉਹਨਾਂ ਦੇ ਟੂਰਨਾਮੈਂਟ ਤੇ ਮੇਰੇ ਵੀਰੋ ਪੁੱਜੀ ਹੋਈ ਹੈ। ਰੁਪਿੰਦਰ ਇੱਕ ਮਿੰਟ, ਇੱਧਰ ਬਜ਼ੁਰਗ ਡੰਡ ਬੈਠਕਾਂ ਲਾਉਣ ਲੱਗੇ ਆ ਜੀ, ਇਹਨਾਂ ਦਾ ਵੀ ਦੇਖੋ ਕਮਾਲ, ਇੰਨੀ ਉਮਰ ਆ ਤੇ ਡੰਡ ਲਾਉਂਦੇ ਆ, ਮੇਰੇ ਵਰਗੇ ਉਹ ਤਿੰਨ ਲੱਗਣਗੇ ਆ, ਚੌਥੀ ਨੂੰ ਮੂੰਹ ਭਾਨੇ ਜਾਊ। ਦੇਖ ਲਓ ਬਜ਼ੁਰਗ ਕਿੰਨੀ ਉਮਰ ਹੋਈ ਆ। ਵਿਰਦਨੋ ਵਾਲਿਓ ਪਲੀਜ਼ ਤੁਸੀਂ ਗਰਾਊਂਡ ਤੋਂ ਬਾਹਰ ਹੀ ਰਹੋ, ਪਲੀਜ਼ ਮੇਰੀ ਹੱਥ ਬੰਨ ਕੇ ਬੇਨਤੀ ਆ, ਕਿਉਂਕਿ ਗਰਾਊਂਡ ਛੋਟਾ ਹੈ ਔਰ ਬੜਾ ਔਖਾ ਹੋ ਜਾਣਾ ਹੈ। ਲੋ ਖੇਡ ਮੈਦਾਨ ਦੇ ਵਿੱਚ ਧੱਲੇ ਕੇ ਦੀ ਟੀਮ ਦਾ ਜਾਫੀ ਇਸ ਵੇਲੇ ਕੋਸ਼ਿਸ਼ ਕਰ ਰਿਹਾ ਹੈ। ਕਬੱਡੀ ਦੇ ਖਿਡਾਰੀਆਂ ਨੂੰ ਪਤਾ ਨਹੀਂ ਕੀ ਗੱਲ ਹੈ, ਵਾਰ ਵਾਰ ਕਹਿਣਾ ਪੈਂਦਾ ਬੈਠ ਜਾਓ ਬੈਠ ਜਾਓ ਬੈਠ ਜਾਓ। ਆ ਲੋਕ ਕਬੱਡੀ ਦੇਖਣ ਆਏ ਆ, ਠੰਡ ਦੇ ਵਿੱਚ ਇਹਨਾਂ ਨੂੰ ਕਬੱਡੀ ਦੇਖ ਲੈਣ ਦਿਓ। ਤੇ ਟੀਮਾਂ ਬਾਹਟ ਹੋ ਚੁੱਕੀਆਂ, ਉਧਰ ਇੱਕ ਦਿਨ ਢਾਈ ਵੱਜ ਗਏ, ਇੱਕ ਦਿਨ ਇੱਕ ਵਜੇ ਫਾਈਨਲ ਹੋਇਆ, ਪਰ ਇਹ ਜ਼ਿਲ੍ਹਾ ਲੁਧਿਆਣਾ ਇਹਨਾਂ ਨੇ ਦਿਨ ਨਹੀਂ ਛਿਪਣ ਦੇਣਾ, ਇਹਨਾਂ ਨੇ ਘਰੇ ਉੱਠ ਜਾਣਾ, ਮੁੜ ਕੇ ਇਕੱਲੇ ਆਪਾਂ ਖੇਡਣਾ। ਇੱਥੇ ਬੇਨਤੀ ਆ, ਜਿੰਨੀ ਕੁ ਕਬੱਡੀ ਦੇਖਣੀ ਇਹਨਾਂ ਨੂੰ ਦੇਖ ਲੈਣ ਦਿਓ, ਜਦੋਂ ਲਾਈਟਾਂ ਲੱਗ ਗਈਆਂ ਇਹਨਾਂ ਨੇ ਨਹੀਂ ਇੱਥੇ ਰਹਿਣਾ। ਔਰ ਮੇਰੀ ਬੇਨਤੀ ਆ ਕਬੱਡੀ ਦੇ ਖਿਡਾਰੀਆਂ ਨੂੰ, ਇਹਨਾਂ ਦਾ ਖਿਆਲ ਰੱਖਿਆ ਕਰੋ, ਇਹਨਾਂ ਨੂੰ ਕਬੱਡੀ ਦਿਖਾ ਦਈਏ ਤੇ ਇੰਨੀ ਵੱਡੀ ਗੱਲ ਆਪਣੇ ਲਈ। ਮੇਰੀ ਬੇਨਤੀ, ਅਗਲੇ ਮੈਚ ਦੀਆਂ ਟੀਮਾਂ ਚੁਬਕਾ ਤੇ ਅੜੈਚਾ, ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵੱਲ ਆ ਜਾਣ। ਚੁਬਕਾ ਵਰਸਿਜ ਅੜੈਚਾ, ਇਹਨਾਂ ਟੀਮਾਂ ਦਾ ਮੁਕਾਬਲਾ ਜਿਹੜਾ ਇਸ ਤੋਂ ਬਾਅਦ ਖੇਡਿਆ ਜਾਣਾ ਹੈ। ਇਹ ਹੈ ਨਾਓ ਜੀ ਚਰਨਾ ਧੱਲੇ ਕੇ ਪਿੰਡ ਵਾਲਾ, ਮੇਰੇ ਵੀਰ ਮੋਗੇ ਦੇ ਲਾਗੇ ਧੱਲੇ ਕੇ ਪਿੰਡ ਆ ਇਸ ਨੌਜਵਾਨ ਦਾ, ਜੱਫਾ ਲੱਗ ਕੇ ਆਪਣੀ ਟੀਮ ਦੇ ਉਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ। ਜੋਧਾ ਪਿੰਡ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਕਬੱਡੀ ਖਿਡਾਰੀਆਂ ਦਾ ਪਿੰਡ ਹੈ ਔਰ USA ਦੇ ਸੈਟਲ ਸ਼ਹਿਰ ਦੇ ਵਿੱਚ ਵੱਸਦਾ ਮੋਹਣਾ। ਪਿਛਲੇ ਸਾਲ ਮੇਰੇ ਵੀਰੋ ਅਮਰੀਕਾ ਦਾ ਸਭ ਤੋਂ ਟੌਪ ਦਾ ਕੱਪ ਹੋਇਆ ਸੈਕਰਾਮੈਂਟੋ ਦੇ ਵਿੱਚ, ਬਾਬਾ ਦੀਪ ਸਿੰਘ ਕਬੱਡੀ ਕਲੱਬ ਸੈਕਰਾਮੈਂਟੋ ਨੇ ਵੱਡਾ ਕੱਪ ਕਰਵਾਇਆ ਤੇ ਉਸ ਕਬੱਡੀ ਕੱਪ ਤੇ ਕਬੱਡੀ ਦੇ ਇਸ ਮਹਾਨ ਪ੍ਰਮੋਟਰ ਦਾ ਬੇਰੀਆ ਸਪੋਰਟਸ ਕਲੱਬ ਦੇ ਬਲਜੀਤ ਸਿੰਘ ਰੁੜਕਾ ਕਲਾਂ ਵੱਲੋਂ ਗੋਲਡ ਮੈਡਲ ਦੇ ਨਾਮ ਸਨਮਾਨ ਕੀਤਾ ਗਿਆ। ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਵੀ ਪੁੱਜਦਾ ਤੇ ਵੱਧ ਚੜ ਕੇ ਡਾਲਰ ਮੇਰੇ ਵੀਰੋ ਇਹਨਾਂ ਖਿਡਾਰੀਆਂ ਦੇ ਮਾਣ ਕਰਦਾ। ਮੋਹਣਾ ਜੋਧਾ ਵਾਲਾ ਵਿਸ਼ੇਸ਼ ਤੌਰ ਤੇ ਅੱਜ ਆਪਣੇ ਪਿੰਡ ਦੇ ਵਿੱਚ ਵੱਡਾ ਕੱਪ ਕਰਵਾਉਣ ਦੇ ਲਈ ਪੁੱਜਿਆ ਹੋਇਆ ਹੈ। ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਤਰਨੂਣੀ ਸਾਡੀ ਜ਼ਿੰਦਗੀ ਦਾ ਮਾਣ ਹੈ, ਨਾਲ ਰਾਣਾ ਕਲਕੱਤੇ ਵਾਲਾ ਪੰਮ ਉਹਨਾਂ ਦਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਅੱਜ ਇਸ ਕਬੱਡੀ ਕੱਪ ਨੂੰ ਕਰਵਾਉਂਦੇ ਨੌਜਵਾਨ ਨੇ ਜੱਫਾ ਲਾਇਆ। ਸਰਦਾਰ ਅਵਤਾਰ ਸਿੰਘ ਜੀ ਜੈਲਦਾਰ ਇਹਨਾਂ ਵੱਲੋਂ 100 ਰੁਪਇਆ, ਨਾਲ ਹੀ 200 ਰੁਪਇਆ ਅਵਤਾਰ ਸਿੰਘ ਜੀ ਜੈਲਦਾਰ ਸਾਹਿਬ ਵੱਲੋਂ ਆ ਬਜ਼ੁਰਗ ਜਿਹੜਾ ਬੈਠਕਾਂ ਆ ਰਿਹਾ ਇਹਨਾਂ ਲਈ ਜੀ। ਇੱਧਰ ਬਾਬਾ ਜੀ ਆਲਮਗੀਰ ਦੇ ਅਖਾੜੇ ਤੋਂ ਪੁੱਜਿਆ, ਕਹਿੰਦੇ ਵੀ ਜੇ ਕੋਈ ਮੇਰੇ ਕਲੱਬ ਵੱਲੋਂ ਬਜ਼ੁਰਗਾਂ ਨੂੰ 500 ਰੁਪਇਆ ਜੀ ਜਿਹੜੇ ਡੰਡ ਬੈਠਕਾਂ ਲਾਉਂਦੇ ਨੇ, ਜੇ ਕੋਈ ਮੇਰੇ ਮੁਕਾਬਲੇ ਬਜ਼ੁਰਗ ਡੰਡ ਲਾਵੇਗਾ ਤਾਂ ਉਹਨੂੰ ਮੈਂ ਆਪਣੇ ਵੱਲੋਂ 1000 ਰੁਪਈਏ ਦੇ ਮਾਨ ਸਨਮਾਨ ਦੇਵਾਂਗਾ। ਇੱਧਰ ਮੈਚ ਦੋਨੋਂ ਹੀ ਟੀਮਾਂ ਦੇ ਦਰਮਿਆਨ ਤਗੜਾ, ਟੀਮਾਂ ਬਹੁਤ ਜ਼ਿਆਦਾ ਜਿਹੜੀਆਂ ਕਬੱਡੀ ਓਪਨ ਦੀਆਂ ਪੁੱਜੀਆਂ ਹੋਈਆਂ, ਬਹੁਤ ਤਗੜੇ ਕਬੱਡੀ ਦੇ ਸਟਾਰ ਕਹਿੰਦੇ ਅੱਜ ਪੁੱਜੇ ਹੋਏ ਆ। ਉਧਰ ਖਹਿਰਿਆਂ ਦਾ ਇੰਦਰਜੀਤ ਸਿੰਘ ਪੱਪੀ ਉਹ ਵੀ ਐਡਮਿੰਟਨ ਦੇ ਵਿੱਚ ਬੈਠਾ ਆਨੰਦ ਮਾਣਦਾ ਹੈ। ਆ ਨਾਲ ਕਹਿੰਦੇ ਤਰਨ, ਕਹਿੰਦਾ ਵੀ ਪੱਪੀ ਅੱਜ ਵਿਸ਼ੇਸ਼ ਤੌਰ ਤੇ ਪੁੱਜਿਆ, ਲੈ ਵੀ ਤਰਨ ਦੱਸਿਆ ਨੀ ਨੌਜਵਾਨ ਪੱਪੀ ਦੇ ਨਾਲ, ਕਹਿੰਦੇ ਯਾਰੀ ਹੈ ਅੱਜ। ਮੋਹਣਾ ਜੋਧਾ ਪੱਪੀ ਖਹਿਰਾ ਸੁੱਖੇ ਹੋਣੀ ਤਰਨ ਹੋਣੀ ਮੇਰੇ ਵੀਰ ਬੁਲਟ ਮੋਟਰਸਾਈਕਲ, ਕਹਿੰਦੇ ਡਾਲੇ ਦੇ ਮਨਪ੍ਰੀਤ ਦਾ ਮਾਨ ਸਨਮਾਨ ਕੀਤਾ ਜਾਣਾ ਬੁਲਟ ਮੋਟਰਸਾਈਕਲ ਦੇ ਨਾਲ। ਪਿਛਲੇ ਸਾਲ ਜਸਵੀਰ ਅਲਕੜਿਆਂ ਵਾਲੇ ਦਾ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਇਆ, ਤੇ ਇਸ ਸਾਲ ਕਹਿੰਦੇ ਨੌਜਵਾਨ ਮਨਪ੍ਰੀਤ ਡਾਲੇ ਦਾ। ਇਹ ਭਾਂਗਰਾਂ ਵਾਲਾ ਮੇਰੇ ਵੀਰ ਸਰਦਾਰ ਇਕਬਾਲ ਸਿੰਘ ਜੀ ਢੈਪੀ ਆੜਤੀਆ ਸਾਹਿਬ ਪਹੁੰਚੇ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਇਕਬਾਲ ਸਿੰਘ ਜੀ ਢੈਪੀ ਬਬਲਾ ਜੋਧਾ USA ਤੋਂ, ਉਹਨਾਂ ਵੱਲੋਂ ਜੇਤੂ ਟੀਮ ਦੇ ਲਈ 500 ਦੇ ਮਾਨ ਸਨਮਾਨ ਹੈ। ਰੁਪਿੰਦਰ ਜੀ ਕਿਹੜੀ ਟੀਮ ਜੇਤੂ ਹੈ? ਧੱਲੇ ਕੇ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਜੀ ਧੱਲੇ ਕੇ। ਅਗਲਾ ਜਿਹੜਾ ਮੈਚ ਹੋਣਾ ਵਿਰਦਨੋ ਤੇ ਪਧੌੜ, ਦੋਨੋਂ ਟੀਮਾਂ ਸੈਂਟਰ ਲਾਈਨ ਤੇ ਆ ਜਾਣ, ਇੰਨਾ ਸਮਾਂ ਨਹੀਂ। ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਇੱਧਰ ਸੈਂਟਰ ਲਾਈਨ ਤੇ ਆ ਜਾਣ। ਵਿਰਦਨੋ ਤੇ ਪਧੌੜ ਇਹਨਾਂ ਟੀਮਾਂ ਦਾ ਮੈਚ ਖੇਡਿਆ ਜਾਣਾ ਹੈ। ਬਰਮਾਲੀਪੁਰ ਦੇ ਲਲਹੇੜੀ ਪਹੁੰਚ ਗਿਆ ਤਾਂ ਹੱਥ ਖੜਾ ਕਰਕੇ ਦੱਸ ਦੇਣ ਪਲੀਜ਼, ਤੁਸੀਂ ਬਾਹਰ ਹੀ ਜੋ, ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ। ਉਧਰ ਅਜਮੇਰ ਦੀ ਟੀਮ ਸੜਕ ਵਾਲੇ ਪਾਸੇ ਖੇਡਦੀ, ਜੱਫਾ ਲਾਇਆ ਸੀ ਉਹ 100 ਰੁਪਏ ਦਾ ਨਾਮ ਲੈ ਜਾਓ ਜੀ। ਬਰਮਾਲੀਪੁਰ ਤੇ ਲਲਹੇੜੀ, ਡਾਲਾ ਤੇ ਬੁਰਜ ਲਿੱਟਾਂ ਦੀਆਂ ਟੀਮਾਂ ਵੀ ਜਿਹੜੀਆਂ ਗਰਾਊਂਡ ਦੇ ਵੱਲ ਆ ਜਾਣ। ਡਾਲਾ ਵਰਸਿਜ ਬੁਰਜ ਲਿੱਟਾਂ, ਚੁਬਕਾ ਤੇ ਅੜੈਚਾ। ਅਵਤਾਰ ਸਿੰਘ ਜੀ ਜੈਲਦਾਰ ਵੱਡੇ ਮਾਣ ਪੁੱਜਦੇ ਕਰਦੇ ਨਾ ਬੋਲਾਂ ਤੋਂ ਕੁਛ ਕੇ, ਬਹੁਤ ਬਹੁਤ ਧੰਨਵਾਦ ਹੈ।
पहले रुपिंदर ने गल की भी कबड्डी का गुरदास मान प्रोफेसर मक्खण सिंह जी साड़ी जिंदगी दी कबड्डी दी दुनिया दी बहुत ही सत्कार जो शखियत अज विशेष तौर पर पुजे है नाल गुरप्रीत बेर कला जी जो प्रोफेसर मक्खण सिंह तो बाद जिस शख्सियत ने कनेडा दे विच जाके मेरे वीरे वाखेड़ कबड्डी की सेवा की है वो भी साडे दरम्यान पुजे है। भाई जी नाम लै जाओ जिहड़ी सड़क वाले पासे टीम खेडदी जफ्फा लाया सी ये प्यार ने कहते मोहने जोधा वाले दे जो पता लगे भी मोहना इस साल विशेष तौर पर पुजा हो सेंटल तो सारे कबड्डी के स्टार कमेंटेटर मेरे वीरो इस कबड्डी कप से पुजे हुए हैं जो भी विदेशों की धरती से पुजते हैं। हाँ जी चढ़ के माण हासे की पटारी हासे की दुनिया चो जेडे के भजना अमली के नाल मशहूर सन साढ़े बच्चे पहुंचे ने बहुत बहुत धन्यवाद जी। इधर मूनक का गलियारी कहते जिंदर टट्टा वाला कबड्डी के स्टार के नाल कहते दे देना पिंड जोगी का जोगी घगे के नाम के पूरी दुनिया के मशहूर है वह भी कबड्डी के स्टार मेरे वीरो अज विशेष तौर पर इस कबड्डी कप से पुजे है जिन्हें भी कबड्डी के स्टार खिडारी इस कबड्डी कप में खेडन के लिए पुजे है उन्होंने सारे खिडारियों जिया आखते हैं सिख सरदार गभरू भदौड़ पिंड है के वोटा में खड़ गया सदीक बलिए चल वोट पाने भदौड़ चलीए भदौड़ की गल वखरी है मेरे वीरो लोग बोलियों के भी गल होती है। मैं भी रुपिंदर अगलिया टीम जिहड़ियां अनाउंस कर दे अगले मैच दीआं टीमां ललहेड़ी ते ब्रह्मालीपुर दोनों टीम ग्राउंड दे विच पुज्जियां होईयां सुखमन अपनी टीम नूं लैके पुज्जा होया है ये ताज भदौड़ वाला इस वेले कबड्डी पा रहा है ते विरतनों की टीम दा नौजवान जाफी इस वेले ला तकड़ा जफा अपनी टीम दे लई पॉइंट दा वाधा कर रहा है। विरतनों पिंड राजी का पिंड है महान कबड्डी खिडारी का और दूजे पासे आपां वेखीए अगली रेड इस नौजवान धावी की जिथे कहिंदे पिक्का आस्ट्रेलिया ते मनदीप आस्ट्रेलिया साडे वीर ऑटोमोबाइल वाले उन्हां दा भी धन्नवाद है। इंद्रजीत सिंह पप्पी खैरां वाला पुज्जा होया जोगी देत ने होनी ते अजमेर जलाल होनी मेरे वीरो केसर उन्हां दे नाल अचेचे तौर पर पुजे हुए है लो खेड मैदान दे विच आपां वेखीए पैंदी हुई कबड्डी और दूजे पासे जाफी की पूरी कोशिश बिरदनों की टीम का है नौजवान सिख सरदार खिडारी मेरे वीरो जिन्हें डौले के उत्ते खंडा भी बनाया होया है सिखी का चिन्ह है मेरे वीरो खंडा सिखी खंडे तिखी है लो वेखिए मुकाबला दोनों खिडारियों के दरम्यान वेखदा भी की फैसले होणगे एक पासे केजे दे ते पॉइंट मेरे वीरो बुआणी वाला पम्मा कहना भी जिहड़े मुंडे ने जफा लाया जी सरदार अवतार सिंह जी जैलदार साहब 100 रुपया जी जिहड़े मुंडे ने जफा लाया इधर हम साडे वीर इंद्रजीत पप्पी खैरियां वाला ते नाल कहिंदे पिंदर कालख दीपे कालखुणी वह भी साडे दरम्यान विशेष तौर पर पुजे बहुत बहुत धन्यवाद है। अड़ैचा वर्ष चुबका डाला ते बुरज लिटा दीआं टीमां भी तैयार रहिणा डाला वर्ष बुरज लिटा दीआं टीमां नूं मेरी बेनती है भी इह टीमां जिहड़ियां अगले मुकाबलियां दे लई तैयार रहिणा डाला वर्ष बुरज लिटा चुबका ते अड़ैचा बद्दोवाल ते भिंडरकलां ढिलमा ते दयालपुर हरियाणा चकर ते जलाल तलेर ते सैदोके बल नौ ते अलीपुर खालसा इस दे नाल ही लोपो ते खीरां वाली मटोलडा ते अलकड़े सुरखपुर ते हांस कलां नंगल ते सरावा रोडे माजरा वर्सिज भगता भाई का अमना क्लब हठूर ते फतेहपुर कुतबा वर्सिज शीनीवाल गहला वर्सिज भरथला ये टीमां जिहड़ियां कबड्डी ओपन दियां होणगियां सारियां टीमां जिहड़ियां समय सिर ग्राउंड दे विच आ जाण कबड्डी दे खिडारी थोड़ा सहयोग देण कबड्डी प्रबंधकां नूं भी जिहड़े मुंडे ने जफा लाया सरदार अवतार सिंह जी जैलदार साहब उन्हां वल्लों 100 रुपया जी लो ताज मेरे वीरो भदौड़ वाला खेड मैदान दे विच इस वेले कबड्डी पाउण दे लई वधा होया है उधर बिरदनों की टीम के चार जाफियां दे विचों टच करके नौजवान ताज ने पॉइंट अपनी टीम के हिस्से जोड़ दिता है ते अगली कबड्डी पाउण दे लई बिरदनों की टीम का एक खिलाड़ी खेड मैदान दे विच तैयारी करता होया इधर चार जाफी तैयार ने चौं दे विचों वेखदा भी हुण किस नौजवान दे नाल मुकाबला होगा गल समय दी है नौजवान कबड्डी पाउण दे लई वधा होया है इधर कपूरिया वाला हैंडीकैप नौजवान इन्हें भी ग्राउंड के चक्कर लाने हैं एक गजन वाले का नौजवान ग्राउंड के चक्कर ला रहा है इन्हें मेरे वीर का भी आप मान सम्मान जरूर करना है। विरदनों की टीम जेतू रही है जी नोट करो विरदनों विरदनों की टीम इस मैच की जेतू टीम रही है। हाँ जी दोनों जूड़े आने मुंडे जिन्होंने जफ्फे लाए अपना नाम ले जाओ जी
ਬਰਮਾਲੀਪੁਰ ਦੇ ਲਲਹੇੜੀ ਦੀਆਂ ਟੀਮਾਂ ਜਲਦੀ ਦੇ ਨਾਲ ਸੈਂਟਰ ਲਾਈਨ ਤੇ ਆ ਜਾਣ। ਬਰਮਾਲੀਪੁਰ ਤੇ ਲਲਹੇੜੀ, ਬਰਮਾਲੀਪੁਰ ਆਈ ਨਹੀਂ ਜੀ, ਬਰਮਾਲੀਪੁਰ ਮੈਨੂੰ ਲੱਗਦਾ ਵੀ ਆਈ। ਹਾਂਜੀ, ਉਧਰ ਹੈਂਡੀਕੈਪਟ ਵੀਰ ਆ ਜਿਹੜਾ ਇੱਕ ਲੱਤ ਨਾਲ ਗੇੜਾ ਲਾ ਰਿਹਾ, ਮਾਰ ਦਿਓ ਤਾੜੀ ਯਾਰ, ਜਿੱਥੇ ਦੀ ਲੰਘਦਾ ਹੌਸਲਾ ਬਜਾਈ ਕਰੋ। ਪੰਮਾ ਜੀ ਕਹਿੰਦਾ ਕਿ ਰੱਬ ਨੇ ਹੈਂਡੀਕੈਪਟ ਕਰਤਾ, ਮੇਰਾ ਹੌਸਲਾ ਹੈਂਡੀਕੈਪਟ ਨਹੀਂ ਹੋਇਆ, ਮਾਰ ਦਿਓ ਤਾੜੀ। 200 ਰੁਪਇਆ ਸਰਦਾਰ ਅਵਤਾਰ ਸਿੰਘ ਜੀ ਜੈਲਦਾਰ ਸਾਹਿਬ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਤੁਸੀਂ ਫੜਾ ਦਿਓ। ਬਰਮਾਲੀਪੁਰ ਦੀ ਟੀਮ ਨੂੰ 30 ਸੈਕਿੰਡ ਦਾ ਸਮਾਂ ਦਿੱਤਾ ਜਾ ਰਿਹਾ ਹੈ, 30 ਸੈਕਿੰਡ ਦੇ ਵਿੱਚ ਜੇਕਰ ਟੀਮ ਆਊਗੀ ਤੇ ਠੀਕ ਹੈ, ਨਹੀਂ ਕੱਢ ਦਿੱਤੀ ਜਾਣੀ ਹੈ। ਚੁਬਕਾ ਤੇ ਅੜੈਚਾ ਇਹ ਟੀਮ ਵੀ ਜਲਦੀ ਦੇ ਨਾਲ ਜੇ ਕਿਤੇ ਆ ਰਹੀ ਹੈ ਤਾਂ ਹੱਥ ਖੜਾ ਕਰਕੇ ਜ਼ਰੂਰ ਦੱਸੇ। ਡਾਲੇ ਦੀ ਟੀਮ ਉਧਰ ਜਿਨ੍ਹਾਂ ਨੇ ਜੱਫਾ ਲਾਇਆ ਸੀ, ਇਨਾਮ ਲੈ ਜੀ ਵੀਰੇ, 100 ਰੁਪਇਆ ਤੇਰਾ, 100 ਰੁਪਇਆ ਦੂਜੀ ਟੀਮ ਦਾ ਜੋੜੇ ਵਾਲਾ ਮੁੰਡਾ। ਬਰਮਾਲੀਪੁਰ ਦੀ ਟੀਮ ਨਹੀਂ ਆਈ, ਲਲਹੇੜੀ ਦੀ ਟੀਮ ਨੋਟ ਕਰ ਲਓ ਜੀ, ਜੇਤੂ ਰਹੀ ਹੈ ਲਲਹੇੜੀ ਦੀ ਟੀਮ, ਜੇਤੂ ਰਹੀ ਹੈ ਲਲਹੇੜੀ। ਅੜੈਚਾਂ ਦੀ ਟੀਮ ਗਰਾਊਂਡ 'ਚ ਪਹੁੰਚ ਚੁੱਕੀ ਹੈ। ਚੁਬਕੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਏ। ਚੁਬਕੇ ਦੀ ਟੀਮ, ਚੁਬਕੇ ਦੀ ਟੀਮ ਦਾ ਮੈਚ ਅੜੈਚਾਂ ਦੇ ਨਾਲ ਖੇਡਿਆ ਜਾਣਾ ਹੈ, ਡਾਲੇ ਦਾ ਮੈਚ ਬੁਰਜ ਲਿੱਟਾਂ ਦੇ ਨਾਲ ਖੇਡਿਆ ਜਾਣਾ ਹੈ। ਇਹਨਾਂ ਦੀਆਂ ਵਿਰੋਧੀ ਟੀਮਾਂ ਹਜੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈਆਂ, ਡਾਲੇ ਦੀ ਟੀਮ ਵੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ। ਮੇਰੀ ਬੇਨਤੀ, ਚੁਬਕਾ ਚੁਬਕੇ ਦੀ ਟੀਮ ਜੇਕਰ ਪਹੁੰਚ ਰਹੀ ਹੈ ਤਾਂ ਹੱਥ ਖੜਾ ਕਰਕੇ ਜ਼ਰੂਰ ਦੱਸੇ, ਜਲਦੀ ਦੇ ਨਾਲ ਆ ਜਾਓ। ਕਬੱਡੀ ਦੇ ਖਿਡਾਰੀਓ, ਤੁਹਾਡਾ ਬੜਾ ਸਤਿਕਾਰ ਹੈ, ਦਰਸ਼ਕ ਤੁਹਾਨੂੰ ਪਿਆਰ ਕਰਦੇ ਨੇ, ਜਿਹੜੇ ਕੰਮਾਂ ਧੰਦਿਆਂ ਨੂੰ ਛੱਡ ਕੇ ਆਏ ਹੈ ਉਹ ਦਰਸ਼ਕ ਵੀ ਨੇ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ। ਆਪੋ ਆਪਣੇ ਕੰਮਾਂ ਧੰਦਿਆਂ ਨੂੰ ਛੱਡ ਕੇ ਅੱਜ ਯੋਧਾਂ ਦੇ ਟੂਰਨਾਮੈਂਟ ਦਾ ਆਨੰਦ ਮਾਣਨ ਦੇ ਲਈ ਆਪਣੇ ਟਾਈਮ ਦੇ ਵਿੱਚੋਂ ਟਾਈਮ ਇੱਕ ਮਿੰਟ ਵੀਰੇ ਪ੍ਰਬੰਧਕ ਕਮੇਟੀ ਉਹਨਾਂ ਦਾ ਸਨਮਾਨ ਕਰੇ ਜੀ। ਚੌਕੇ ਦੀ ਟੀਮ ਪਹੁੰਚੀ ਹੈ ਤਾਂ ਹੱਥ ਖੜਾ ਕਰੇ ਜੀ ਚੌਕਾ। ਪੰਮਾ ਜੀ ਜਲਦੀ ਦੇ ਨਾਲ ਮੈਚ ਸ਼ੁਰੂ ਕਰਵਾ ਦਿਓ। ਮੇਰਾ ਖਿਆਲ ਆ ਵੀ ਪਹਿਲੇ ਰਾਊਂਡ ਦੇ ਜਿਹੜੇ 36 ਜਿਹੜੇ ਵੀਰ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਖੇਡ ਮੇਲੇ ਦੀ ਰੌਣਕ ਨੂੰ ਵਧਾਉਣ ਆਏ ਨੇ। ਇਕੱਠ ਵੱਧਦਾ ਜਾ ਰਿਹਾ, ਟੀਮਾਂ ਵੀ ਬਹੁਤ ਨੇ, ਬੜੇ ਵਧੀਆ ਮੈਚ ਲੱਗਣਗੇ, ਆਨੰਦ ਮਾਣੋ। ਜਿਹੜੇ ਵੀਰਾਂ ਨੇ ਪ੍ਰਸ਼ਾਦਾ ਛਕਣਾ, ਟਰਾਲੀ 'ਚ ਲੰਗਰ ਪਹੁੰਚ ਚੁੱਕੇ ਆ, ਪ੍ਰਸ਼ਾਦਾ ਛਕ ਲਓ। ਇੱਧਰ ਖੇਤਾਂ ਵਾਲੀ ਸਾਈਡ ਚੁਬਕੇ ਦੀ ਟੀਮ ਤੇ ਦੂਸਰੇ ਪਾਸੇ ਇੱਧਰ ਟੀਮ ਜਿਹੜੀ ਪਿੱਪਲ ਵਾਲੀ ਸਾਈਡ ਮੇਰੇ ਵੀਰ ਰੁੜਕੇ ਦੀ ਹੈ, ਅੜੈਚਾਂ ਦੀ ਟੀਮ ਲਾ ਨੌਜਿੰਦ ਗਬਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ। ਹਲਕਾ ਜਿਹਾ ਟੱਚ ਕਰਕੇ ਨੌਜਿੰਦ ਚੁਬਕੇ ਵਾਲਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ। ਮਾਸਟਰ ਪਿਆਰਾ ਸਿੰਘ ਜੀ ਸਹਿਜਾਦ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ ਜੀ। ਲਾ ਉਸ ਵੇਲੇ ਅੜੈਚਾਂ ਵਾਲਾ ਨੌਜਿੰਦ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇੱਕ ਕਹਿੰਦੇ ਅੜੈਚਾਂ ਦਾ ਅੰਗਰੇਜ਼ ਲਾਲੀ ਵਰਗੇ ਦੁਨੀਆਂ ਦੇ ਮਹਾਨ ਖਿਡਾਰੀ ਹੋਏ ਹੈ ਕਿ ਪਿੰਡਾਂ ਵਿੱਚੋਂ ਪਿੰਡ ਸੋਣੀ ਦਾ, ਪਿੰਡ ਸੋਣੀ ਦਾ ਅੜੈਚਾਂ, ਉੱਥੋਂ ਦਾ ਇੱਕ ਅੰਗਰੇਜ਼ ਸੋਣੀ ਦਾ ਜੋ ਖੇਡੇ ਵਿੱਚ ਬਲੈਤਾਂ, ਕਿ ਪਿੰਡਾਂ ਵਿੱਚੋਂ ਪਿੰਡ ਸੋਣੀ ਦਾ, ਪਿੰਡ ਸੋਣੀ ਦਾ ਯੰਡ ਅਹਿਮਦਗੜ੍ਹ ਦੇ ਨਾਲ, ਉੱਥੋਂ ਦਾ ਇੱਕ ਬਾਜੀ ਸੋਣੀ ਦਾ ਜਿਹਦੀ ਯਾਰੀ ਮਿੱਕ ਦੇ ਨਾਲ ਜੁਗ ਜੁਗ ਵਸਦਾ ਰਹੇ ਮਹਾਂਵੰਸ ਗੌਰ ਦਾ ਲਾਲ, ਕਿ ਪਿੰਡਾਂ ਵਿੱਚੋਂ ਪਿੰਡ ਸੋਣੀ ਦਾ, ਪਿੰਡ ਸੋਣੀ ਦਾ ਲੋਕੋ, ਉੱਥੋਂ ਦਾ ਇੱਕ ਗੱਗੀ ਸੋਣੀ ਦਾ, ਗੱਲ ਸੁਣ ਲਓ ਮੇਰੀ ਲੋਕੋ, ਸ਼ੇਰਾਂ ਵਰਗੀ ਝਪਟ ਮਾਰ ਕੇ ਗਿੰਚੀ ਲਾਉਂਦਾ ਭਾਰੀ, ਸੋਹਣੇ ਚੋਬਰ ਨੂੰ ਦੁਨੀਆਂ ਜਾਣਦੀ ਸਾਰੀ। ਇਹ ਤਿੰਨ ਕਬੱਡੀ ਦੇ ਸਟਾਰਾਂ ਦੀ ਸਿਫਤ ਮੇਰੇ ਵੀਰੋ ਇੱਕੋ ਟਾਈਮ ਪ੍ਰੋਫੈਸਰ ਮੱਖਣ ਸਿੰਘ ਨੇ ਲਿਖੀ ਸੀ। ਉਸੇ ਪਿੰਡ ਅੜੈਚਾਂ ਦੀ ਟੀਮ ਖੇਡ ਰਹੀ ਹੈ ਤੇ ਨੌਜਵਾਨ ਜਾਫੀ ਨੇ ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜ ਦਿੱਤਾ। ਇੱਕ ਸਾਡੇ ਵੀਰ ਇੱਥੇ ਸਾਡੇ ਕੋਲ ਆਏ ਹੈ, ਉਹਨਾਂ ਦਾ ਕਿਸੇ ਵੀਰ ਨੇ ਵਟੂਆ ਕੱਢ ਲਿਆ ਜੀ, ਡਿੱਗ ਪਿਆ ਜਾਂ ਕੱਢ ਲਿਆ, ਡਿੱਗੀ ਪਿਆ, ਵੈਸੇ ਇਕੱਠ ਇੰਨਾ ਹੈ ਨਹੀਂ ਕੱਢਣ ਵਾਲਾ। ਤਾਂ ਜਿਹੜੇ ਵੀ ਮੇਰੇ ਵੀਰ ਨੂੰ ਲੱਭੇ ਉਹ ਪੈਸੇ ਰੱਖ ਸਕਦਾ, ਉਹਦੇ ਵਿੱਚ ਜਿਹੜੇ ਜ਼ਰੂਰੀ ਡਾਕੂਮੈਂਟਸ ਨੇ ਉਹ ਪਲੀਜ਼ ਉਹ ਜ਼ਰੂਰ ਪਹੁੰਚਦੇ ਕਰਨ ਮੇਰੇ ਵੀਰ ਸਟੇਜ ਦੇ ਕੋਲ, ਜਿਹਨੂੰ ਵੀ ਮਿਲੇ ਉਹਨੂੰ ਵਾਜਬ ਸਨਮਾਨ ਤੋਂ ਵੀ ਜਿਹੜਾ ਕੀਤਾ ਜਾਣਾ ਪ੍ਰਬੰਧਕਾਂ ਉਹ ਕਿਤੇ ਸਾਈਡ ਸੂਟ ਤੇ ਸਿੱਟਦੀ ਪਤੰਦਰਾ, ਪੈਸੇ ਤਾਂ ਹੁਣ ਦੇਣੇ ਨਹੀਂ, ਸੜਕ ਜੁੜਕ ਤਾਂ ਸਿੱਟਦੀ ਵਿੱਚ ਆ ਕੇ ਫੜਾ ਜਾਓ ਇੱਧਰ। ਮੇਰੀ ਬੇਨਤੀ, ਬੱਦੋਵਾਲ ਤੇ ਭਿੰਡਰ ਕਲਾਂ ਦੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵੱਲ ਆ ਜਾਣ, ਬੱਦੋਵਾਲ ਤੇ ਭਿੰਡਰ ਕਲਾਂ। ਇੱਧਰ ਮਨਪ੍ਰੀਤ ਡਾਲੇ ਵਾਲਾ ਜਿਸ ਨੌਜਵਾਨ ਦਾ ਅੱਜ ਬੁਲਟ ਮੋਟਰਸਾਈਕਲ ਦੇ ਨਾਲ ਮੇਰੇ ਵੀਰੋ ਮਾਨ ਸਨਮਾਨ ਕੀਤਾ ਜਾਣਾ ਹੈ,
कबड्डी का स्टार मनप्रीत डाले वाला अज बुलेट मोटरसाइकिल दे नाल सम्मानिया जाएगा जोधां दे कबड्डी कप ते। इस नौजवान नूं भी मुबारकबाद है। उधर बलवीर सिंह बिट्टू जसपाल बांगरा वाला महान कबड्डी खिलाड़ी अपने समय का एक्टिंग प्रधान नॉर्थ इंडिया कबड्डी फेडरेशन वह भी साढ़े दरम्यान विशेष तौर पर पुजे हुए हैं। उन्होंने भी बहुत बहुत धन्यवाद है। इधर पई हुई अड़ैचा वाले की कबड्डी से नौजवान जाफी का फड़िया हुआ लक आओ वेखो सामने लगता हुआ जफा ते पॉइंट इस वे चुबके वाला नौजवान अपनी टीम लिए जोड़ता हुआ। गुरज लिट्टा की टीम जेकर पहुंची है तो हाथ खड़ा करके दसे जी। थैंक यू बहुत बहुत मेहरबानी। पिंडर कला बदोवाल पिंडर कला बदोवाल दीमां टीमां मेरी बेनती है भी बाहर ही आप रहना है क्योंकि ग्राउंड जरा ज्यादा रश हो जाता है। हाथ बन के बेनती टीम के खिलाड़ियों भी आप बाहर ही वार्म अप होना है। तीन मोटरसाइकिल ने दो बेस्ट प्लेयर के लिए होंगे बेस्ट रेडर से जाफी के लिए एक मनप्रीत डाले के लिए मोटरसाइकिल होगा अज विशेष मान सम्मान एक साढ़े क्लब की मैक सहायता आई है। सरदार सुरेंद्र सिंह जी सरपंच चमिंडा 2100 रुपया चुपका सरदार तरसेम सिंह जी चमिंडा 1100 रुपया पिरथी टैपी जी 3100 रुपया सरपंच गुरप्रीत सिंह जी सहजाद 1100 रुपया बब्बी गरेवाल सहजाद 1100 रुपया। बहुत बहुत धन्यवाद जी इन्हां दानी सज्जणा दा। पिंडर कलां दे बदोवाल जेकर टीमां पहुंचियां जी हथ खड़ा करके जरूर दस्यो। पिंडर पहुंच गई पहले मैच विच नोट कर लो जी चुपके की टीम जेतू रही है अड़ैचा तो चौके की टीम जेतू रही है। मैच शुरू करवाता जाए खेड मैदान कबड्डी के स्टार पुज रहे हैं। मनप्रीत डाले वाला पुजा तो कल दे माणूके दे कबड्डी कप का कहिंदे नुकरे घोड़े का जेतू रहा गगन जोगे वाली दे नाल मखण संधु मक्खी कलां वाला नौजवान भी खेड मैदान लंबिया लंबिया स्प्रिंटा भरता होया नजरी आ रहा है। जोधां का कबड्डी कप है दुनिया के सारे स्टार माझे तो मालवे की धरती से दुआबे तो मालवे की जोधा जिले लुधियाने इस कबड्डी की जग के बड़े मशहूर मने जाते नगर के पुजे हुए हैं। दुनिया का हर एक स्टार अज जोधा का कबड्डी कप खेडन के लिए पुजा हुआ है। उधर पप्पी खैरा हाँ जी हुण गुरप्रीत सिंह जी बेर कला का सम्मान किया जाना। मैं बेनती करूंगा बाबा साहब सिंह जी बेदी स्पोर्ट्स क्लब की समुची प्रबंधक कमेटी आओ जी। गुरप्रीत सिंह जी सरपंच साहब आओ कर गुरप्रीत सिंह जी बेर कला सम्मान कराऊंगा। राजू हमीर सिंह जी दरबारा सिंह जुगा सुरजीत सिंह जी जीपी